ਔਰ ਸਰਸੇ ਵਰਗੇ ਬੰਦੇ ਨੂੰ ਇਹਨਾਂ ਨੇ ਡਿਫੈਕਟੋ ਪ੍ਰੈਜੀਡੈਂਟ ਬਣਾ ਤਾ। ਔਰ ਇਹ ਐਸਾ ਸ਼ਖਸ ਜਿਹਨੂੰ ਪੰਜਾਬੀ ਬਣਨੀ ਆਉਂਦੀ, ਇਹਨਾਂ ਬੇਈਮਾਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ। ਮਨਜੀਤ ਸਿੰਘ 'ਤੇ ਇਲਜ਼ਾਮ ਲੱਗੇ ਸਨ, ਪਰੂਫ ਨਹੀਂ ਸੀ ਹੋਇਆ। ਇਲਜ਼ਾਮਾਂ ਦੇ ਉੱਪਰ ਮਨਜੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ। ਯੂ ਆਰ ਪਰੂਵਡ ਗਿਲਟੀ ਬਾਈ ਦਾ ਕੋਰਟ, ਹਾਈ ਕੋਰਟ। ਔਰ ਇਹ ਪਹਿਲੀ ਵਾਰ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਜਨਰਲ ਸਕੱਤਰ ਗਿਲਟੀ ਹੈਗੇ, ਔਰ ਇਹਨਾਂ ਦੀ ਸਜ਼ਾ ਜਿਹੜੀ ਹੈ 12 ਅਗਸਤ ਨੂੰ ਕੋਰਟ ਸੁਣਾਏਗਾ। ਇਹਨਾਂ ਨੂੰ ਹਾਲੇ ਵੀ ਸ਼ਰਮ ਜੇ ਇੱਕ ਪੈਸੇ ਦੀ ਹੈਗੀ, ਇਹ ਕਹਿਣ ਵੀ ਅਸੀਂ ਅੱਜ ਤੋਂ ਬਾਅਦ ਗੁਰਦੁਆਰੇ ਨਹੀਂ ਆਉਣਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਜੋ ਪ੍ਰੈਜੈਂਟ ਸੈਟਅਪ ਹੈਗਾ, ਇਹ 1975 ਦੇ ਵਿੱਚ ਸੈਟਅਪ ਜਿਹੜਾ ਸ਼ੁਰੂ ਹੋਇਆ ਸੀ। ਔਰ ਇਹਨਾਂ 50 ਸਾਲ ਦੇ ਦੌਰਾਨ ਦੇ ਵਿੱਚ ਬਾਈ ਲੀਪਸ ਐਂਡ ਬਾਉਂਡਸ ਜਿਤਨੇ ਸਾਡੇ ਤੋਂ ਪਹਿਲੇ ਪ੍ਰਧਾਨ ਹੋਏ ਨੇ, ਦਿੱਲੀ ਦੇ ਨਿਵਾਸੀ ਬਹੁਤ ਵੀਰ ਸਿੱਖ ਹੋਏ ਨੇ, ਦਿੱਲੀ ਦੇ ਸਿੱਖ ਲੀਡਰ ਹੋਏ ਨੇ ਜਿਹੜੇ, ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਂ ਹੈਗਾ, ਉਹਨਾਂ ਸਾਰਿਆਂ ਦੀ ਮਿਹਨਤ ਨਾਲ ਦਿੱਲੀ ਗੁਰਦੁਆਰਾ ਕਮੇਟੀ ਇੱਕ ਬਹੁਤ ਵੱਡੀ ਕਮੇਟੀ ਬਣ ਗਈ। ਪਰ ਇੰਟਰਨੈਸ਼ਨਲ ਨਕਸ਼ੇ 'ਤੇ ਇਹ ਕਮੇਟੀ ਜਿਹੜੀ ਹੈ 1995 ਦੇ ਵਿੱਚ ਇੱਕ ਕਮੇਟੀ ਆਈ। ਉਸ ਵਕਤ ਕੋਈ ਵੀ ਐਸਾ ਨੈਸ਼ਨਲ ਜਾਂ ਇੰਟਰਨੈਸ਼ਨਲ ਇਸ਼ੂ ਨਹੀਂ ਸੀ ਜਿਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇਨਵੋਲਵ ਨਹੀਂ ਸੀ ਆਉਂਦੀ। ਔਰ ਭਾਵੇਂ ਤੁਸੀਂ ਬਿਆਨਾ ਦਾ ਕੇਸ ਲੈ ਲਓ, ਭਾਵੇਂ ਪੁੱਲਰ ਦਾ ਕੇਸ ਲੈ ਲਓ, ਕਿਸੇ ਦੇ ਕੇਸ ਲੈ ਲਓ, ਔਰ 84 ਦੇ ਦੰਗਿਆਂ ਦੇ ਕੇਸ ਲੈ ਲਓ, ਸਾਡੇ ਤੋਂ ਪਹਿਲੇ ਜਿਹੜੇ ਪ੍ਰਧਾਨ ਹੋਏ ਉਹਨਾਂ ਨੇ ਵੀ ਮਦਦ ਕੀਤੀ ਹੈ। ਜਿਸ ਜਿਸ ਤਰ੍ਹਾਂ ਕਿਸੇ ਨੇ ਡਿਊਟੀ ਦਿੱਤੀ ਹੈ ਉਹਨਾਂ ਦਾ ਸਿਰਫ ਸਲਾਹ ਨਹੀਂ ਰਹੀ ਹੈ। ਇਟ ਸਟਾਰਟਿਡ ਫਰੋਮ ਸਰ ਜਸਵੰਤ ਸਿੰਘ ਕੋਛੜ ਟਿਲ ਡੇਟ। ਪਰ ਸਭ ਤੋਂ ਅਫਸੋਸ ਦੀ ਗੱਲ ਹੈ ਵੀ ਇਹ 17-18 ਤੋਂ ਬਾਅਦ ਜੋ ਦਿੱਲੀ ਕਮੇਟੀ ਦਾ ਹਾਲ ਹੋਇਆ ਹੈ, ਇਸ ਤੋਂ ਵੱਡੀ ਨਮੋਸ਼ੀ ਦਿੱਲੀ ਦੇ ਸਿੱਖਾਂ ਵਾਸਤੇ ਹੋਰ ਹੋ ਨਹੀਂ ਸਕਦੀ। ਜਿਹੜੇ ਸਾਡੇ ਲੀਡਰਾਂ ਦੇ ਪ੍ਰੋਗਰਾਮ ਸਨ ਵੀ ਅਸੀਂ ਸਕੂਲ ਬਣਾਉਣੇ ਹਨ, ਔਰ ਮਹਾਰਾਜ ਦੀ ਕਿਰਪਾ ਦੇ ਨਾਲ 13 ਪਬਲਿਕ ਸਕੂਲ ਬਣ ਗਏ, ਸਾਡੇ 4-5 ਏਡਿਡ ਸਕੂਲ ਬਣ ਗਏ, 4 ਡਿਗਰੀ ਕਾਲਜ ਬਣ ਗਏ। ਉਸ ਤੋਂ ਬਾਅਦ ਇਹ ਸੇਵਾ ਜਿਹੜੀ ਹੈ ਵੱਖ ਵੱਖ ਲੀਡਰਾਂ ਨੇ ਕੀਤੀ। ਸਣੇ ਜਥੇਦਾਰ ਸੰਤੋਖ ਸਿੰਘ ਉਹਦਾ ਤੇ 1995 ਦੇ ਵਿੱਚ ਸਰ ਪਰਮਜੀਤ ਸਿੰਘ ਦਾ ਵੀਜ਼ਨ ਆਇਆ ਵੀ ਨਾਓ ਦਾ ਟਾਈਮ ਹੈਜ਼ ਕਮ ਫੋਰ ਦਾ ਗ੍ਰੇਟਰ ਵੀਜ਼ਨ। ਉਸ ਗ੍ਰੇਟਰ ਵੀਜ਼ਨ ਦੇ ਵਿੱਚ ਸਾਡੇ ਡਿਗਰੀ ਆਪਣਾ ਮੈਨੇਜਮੈਂਟ ਕਾਲਜ, ਇੰਜੀਨੀਅਰਿੰਗ ਕਾਲਜ, ਇਹ ਸਾਰੇ ਸ਼ਾਮਿਲ ਸਨ, ਉਹ ਬਣੇ 18-19 ਤੋਂ ਬਾਅਦ। ਕਿਉਂਕਿ ਚਲੋ ਮਨ ਦੇ ਵਿੱਚ
ਭਾਵਨਾ ਇਹ ਹੀ ਹੁੰਦੀ ਸੀ ਵੀ ਅਸੀਂ ਸੇਵਾ ਕਰ ਸਕੀਏ ਦਿੱਲੀ ਦੀ ਸਿੱਖ ਸੰਗਤ ਦੀ। ਆਪਣੀ ਜਿਹੜੀ ਆਉਣ ਵਾਲੀ ਔਲਾਦ ਹੈਗੀ ਉਹਨਾਂ ਨੂੰ ਪੜ੍ਹਾ ਲਿਖਾ ਕੇ ਅਸੀਂ ਵੱਡਾ ਕਰ ਸਕੀਏ। ਔਰ ਜਿਸ ਵਕਤ ਸਕੂਲਾਂ ਦੇ ਵਿੱਚ ਬੜੀ ਮੁਸ਼ਕਿਲ ਨਾਲ ਐਡਮਿਸ਼ਨ ਮਿਲਦੀ ਸੀ, ਸਿਫਾਰਿਸ਼ਾਂ ਲੱਗਦੀਆਂ ਸਨ। ਮੈਨੂੰ ਹਾਲ ਤੱਕ ਯਾਦ ਹੈ ਕਿ 1963 ਦੇ ਵਿੱਚ ਮੇਰੇ ਵਾਲਦ ਮੇਰੇ ਨਾਲ ਗਏ ਸਨ ਦੇਵਨਗਰ ਸਕੂਲ ਮੇਰੀ ਐਡਮਿਸ਼ਨ ਕਰਾਉਣ ਵਾਸਤੇ। ਸਿਫਾਰਿਸ਼ ਹੁੰਦੀ ਸੀ ਉਸ 63 ਦੇ ਦਹਾਕੇ ਵਿੱਚ ਵੀ ਸਿਧਾਰਥ ਰੋਚਨ ਸਿੰਘ ਸਰਨਾ ਦਾ ਨਾਮ ਹੁੰਦਾ ਸੀ ਸਮਾਜ ਦੇ ਵਿੱਚ, ਅਤੇ ਉਹਨਾਂ ਦੀ ਸਿਫਾਰਿਸ਼ ਸੀ ਦੇਵਨਗਰ ਸਕੂਲ ਵਾਸਤੇ। ਇਤਨਾ ਸਟੈਂਡਰਡ ਹਾਈ ਸੀ, ਮੈਨੂੰ ਪਤਾ ਵੀ ਦੇਵਨਗਰ ਸਕੂਲ ਵਿੱਚ ਬੜੀ ਪੜ੍ਹਾਈ ਅੱਛੀ ਹੁੰਦੀ ਸੀ। ਪਰ ਕਰਦੇ ਕਰਦੇ ਇੱਥੋਂ ਦੇ ਪ੍ਰਿੰਸੀਪਲ ਵੀ ਬਹੁਤ ਅੱਛੇ ਲੱਗੇ ਔਰ ਇਹ ਜਿਵੇਂ ਕਹਿੰਦੇ ਨਾ ਜੀ ਇਹ ਨਜ਼ਰ, ਮੈਂ ਇਸ ਨੂੰ ਨਹੀਂ ਕਹਿੰਦਾ ਮਾਂ ਜੀ ਨਜ਼ਰ ਲੱਗ ਗਈ, ਨਹੀਂ, ਸਾਡੇ ਦੇ ਵਿੱਚ ਪੁੱਠੇ ਸਿੱਧੇ ਰਸਤਿਓਂ ਬੇਈਮਾਨ ਵੜ ਗਏ। ਸੇਵਾ ਭਾਵਨਾ ਜਿਹੜੀ ਹੈ ਉਹ ਮੈਂਬਰਾਂ ਦੇ ਵਿੱਚੋਂ ਖਤਮ ਹੋ ਗਈ। ਸਿਰਫ ਇੱਕ ਟੀਚਾ ਲੈ ਕੇ ਮੈਂਬਰ ਜਿਹੜੇ ਸਨ ਉਹ ਗੁਰਦੁਆਰਾ ਕਮੇਟੀ ਦੇ ਵਿੱਚ ਆਉਂਦੇ ਸਨ ਵੀ ਅਸੀਂ ਇਹ ਪੈਸਾ ਕਿਵੇਂ ਬਣਾਉਣਾ ਹੈ। ਉਹਦੇ ਵਿੱਚ ਉਹਨਾਂ ਦਾ ਵੀ ਕਸੂਰ ਤਾਂ ਹੈ ਹੀ ਹੈਗਾ, ਪਰ ਕਹਿੰਦੇ ਨਾ ਯਥਾ ਰਾਜਾ ਤਥਾ ਪ੍ਰਜਾ। ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਬਣ ਗਿਆ ਮਨਜੀਤ ਸਿੰਘ ਤੋਂ ਬਾਅਦ, ਉਹ ਇੱਕ ਨੰਬਰ ਦਾ ਅਯਾਸ਼ ਆਦਮੀ ਔਰ ਬੇਈਮਾਨ ਆਦਮੀ ਜਿਹੜਾ ਬਣ ਗਿਆ। ਉਸਨੂੰ ਕੋਈ ਕਰਪਸ਼ਨ ਤੋਂ ਗਰੇਜ਼ ਨਹੀਂ ਸੀ। ਫੰਕਸ਼ਨ ਬੀਜੇਪੀ ਦੀ ਪਾਰਟੀ ਦਾ, ਪੈਸਾ ਗੁਰਦੁਆਰਾ ਕਮੇਟੀ ਦਾ, ਬਰਗਰ ਵੀ ਖਵਾਏ ਜਾ ਰਹੇ, ਸਭ ਚੀਜ਼ਾਂ ਖਵਾਈਆਂ ਜਾ ਰਹੀਆਂ। ਪਰ 2021 ਤੋਂ ਇਹ ਟੀਚਰਾਂ ਦਾ ਮਸਲਾ ਜਿਹੜਾ ਹੈ ਇਹ ਪੁਰਾਣਾ ਚੱਲਦਾ ਆ ਰਿਹਾ। ਸਾਡੇ ਕੋਲ ਰਿਕਾਰਡ ਹੈਗਾ ਜਿਸ ਨੂੰ ਚਾਹੀਦਾ ਸਾਡੇ ਕੋਲ ਹੈ। ਅਸੀਂ 2012 ਜੁਲਾਈ ਦੇ ਵਿੱਚ ਚਿੱਠੀ ਦਿੱਤੀ ਸੀ ਉਸ ਵਕਤ ਦੇ ਐਜੂਕੇਸ਼ਨ ਮਿਨਿਸਟਰ ਨੂੰ ਵੀ ਅਸੀਂ, ਉਹਨਾਂ ਕਹਿ ਜੀ ਤੁਸੀਂ ਅੱਜ ਡੇਟ ਫਿਕਸ ਕਰ ਦਿਓ 4/1/2012 ਨੂੰ ਡੇਟ ਫਿਕਸ ਕਰ ਦਿਓ। ਅਸੀਂ ਕਹਿ ਜੀ ਅਸੀਂ ਇਲੈਕਸ਼ਨਾਂ ਅਨਾਊਂਸ ਹੋ ਚੁੱਕੀਆਂ, ਅਸੀਂ ਕਹਿ ਜੀ ਅਸੀਂ 1 ਫਰਵਰੀ ਨੂੰ 2013 ਤੋਂ ਲਾਗੂ ਕਰ ਦਿਆਂਗੇ। ਇਹ ਚਿੱਠੀ ਅਸੀਂ ਐਜੂਕੇਸ਼ਨ ਮਿਨਿਸਟਰ ਨੂੰ ਦਿੱਤੀ ਅਤੇ ਡਾਇਰੈਕਟਰ ਆਫ ਐਜੂਕੇਸ਼ਨ ਨੂੰ ਦਿੱਤੀ। ਸਾਡੇ ਕੋਲ ਪੂਰਾ ਪ੍ਰਬੰਧ ਸੀ ਪੈਸੇ ਦਾ ਉਸ ਵਕਤ 6th ਕਮਿਸ਼ਨ ਦੇਣ ਵਾਸਤੇ, ਬਲਕਿ ਸਾਡੇ ਕੋਲ ਸਰਪਲਸ ਪੈਸਾ ਸੀ ਉਸ ਵਕਤ। ਔਰ ਜਿਸ ਵਕਤ ਅਸੀਂ ਰਿਲੈਂਕੁਇਸ਼ ਕੀਤਾ ਗੁਰਦੁਆਰਾ ਕਮੇਟੀ ਦਾ ਆਫਿਸ ਆਫਟਰ ਦਾ ਡਿਫੀਟ ਆਫ ਇਲੈਕਸ਼ਨਸ, ਅਸੀਂ ਉਸ ਵਕਤ 123 ਕਰੋੜ ਰੁਪਇਆ ਨਾ ਕੋਈ ਛੱਡ ਕੇ ਗਿਆ। ਭਾਵੇਂ ਬਾਅਦ ਵਿੱਚ ਸਰ ਮਨਜੀਤ ਸਿੰਘ ਕਈ ਵਾਰ ਕਹਿੰਦੇ ਸਨ ਜੀ ਨਹੀਂ ਜੀ 100 ਕਰੋੜ ਹੈ, 110 ਕਰੋੜ ਹੈ, 95 ਕਰੋੜ ਹੈ, ਚਲੋ ਗਿਣਤੀ ਵਕਤ 5-10 ਕਰੋੜ ਪਿਆ ਉੱਪਰ ਥੱਲੇ ਹੋ ਸਕਦਾ, ਬਟ ਇਟ ਵਾਜ਼ ਏ ਸਾਈਜ਼ੇਬਲ ਅਮਾਊਂਟ ਐਂਡ ਮਨੀ ਦੈਟ ਵਾਜ਼ ਲੈਫਟ ਬਿਹਾਈਂਡ ਕਿ ਤੁਸੀਂ ਪ੍ਰਬੰਧ ਕਰੋ। ਜਿਸ ਵਕਤ ਇਹ ਪੈਸਾ ਕੁਝ ਦੇਰ ਤਾਂ ਪ੍ਰਬੰਧ ਚਲੋ,
ਆਪਣੇ ਪਿਤਾ ਦੀ ਵਿਰਾਸਤ ਤੋਂ ਮਨਜੀਤ ਸਿੰਘ ਨੇ ਪ੍ਰਬੰਧ ਲਿਆ ਹੋਇਆ ਸੀ, ਪਰ ਉਸ ਤੋਂ ਬਾਅਦ ਇਹਦਾ ਬਲੀ ਵਾਰਸ ਜਿਹੜਾ ਕੋਈ ਨਹੀਂ ਰਿਹਾ। ਹੁਣ ਕਹਾਣੀ ਸ਼ੁਰੂ ਹੋਈ। ਸਭ ਤੋਂ ਬੜਾ ਕੰਮ ਇਹ ਹੈਗਾ ਜੀ, ਵੀ ਸਾਡੀ ਕੌਮ ਦੇ ਵਿੱਚ ਗੁਰਦੁਆਰਾ ਕਮੇਟੀਆਂ ਨੂੰ ਪਹਿਲੀ ਪੌੜੀ ਬਣਾਈ ਜਾਂਦਾ ਵੀ ਅਸੀਂ ਇਹਦੇ ਮੈਂਬਰ ਬਣ ਕੇ, ਇਹਦੇ ਅਹੁਦੇਦਾਰ ਬਣ ਕੇ ਅਗਲੀ ਰਾਜਨੀਤਿਕ ਪੋਜੀਸ਼ਨ ਕਿਵੇਂ ਹਾਸਲ ਕਰ ਰਹੀਆਂ ਹੈ। ਨਿਸ਼ਾਨਾ ਸੇਵਾ ਕਰਨ ਦਾ ਤਾਂ ਖਤਮ ਹੋ ਚੁੱਕਾ ਹੈ, ਔਰ ਮੈਨੂੰ ਸਮਝ ਆਉਂਦੀ ਹੈ ਬਈ ਬੀਜੇਪੀ ਦੀ ਸਰਕਾਰ ਨੇ ਜਨਵਰੀ 2022 ਦੇ ਵਿੱਚ ਕਿਸੇ ਖਾਸ ਮਿਸ਼ਨ ਰਾਹੀਂ ਸਰਸੇ ਦੇ ਆ, ਜਿਸ ਵਿੱਚ ਸਾਡੀ ਇਲੈਕਸ਼ਨ ਹੋਈ ਸੀ, ਹੋ ਰਹੀ ਸੀ, ਸਰਸਾ ਥੱਲੇ ਸਾਰੀ ਇਲੈਕਸ਼ਨ ਨੂੰ ਕੰਡਕਟ ਕਰ ਰਹੇ ਸੀ ਇਲੀਗਲੀ ਥੱਲੇ ਰਕਾਬਗੰਜ ਸਾਹਿਬ ਦੇ ਬੇਸਮੈਂਟ ਦੇ ਵਿੱਚ। ਸਾਰੇ ਫੈਸਿਲਿਟੀਜ਼ ਉਸਨੂੰ ਦਿੱਤੀਆਂ ਹੋਈਆਂ ਸਨ, ਕੈਮਰੇ ਉਸਨੂੰ ਸਾਰੀ ਚੀਜ਼ ਦਿਖਾ ਰਹੇ ਸਨ। ਮੈਂਬਰਾਂ ਨੂੰ ਇਹਨਾਂ ਨੇ ਡਰਾਇਆ ਵੀ ਹੋਇਆ ਸੀ, ਧਮਕਾਇਆ ਵੀ ਹੋਇਆ ਸੀ, ਔਰ ਪੈਸੇ ਵੀ ਦਿੱਤੇ ਹੋਏ ਸਨ। ਇਸ ਦੇ ਬਾਵਜੂਦ ਉਹਨਾਂ ਨੂੰ ਇਲੈਕਸ਼ਨ ਜਿੱਤਣ ਦੇ ਆਸਾਰ ਜਿਹੜੇ ਸਨ ਘੱਟ ਨਜ਼ਰ ਆ ਰਹੇ ਸਨ। ਔਰ ਜਿਸ ਵਕਤ ਇੱਕ ਮੈਂਬਰ ਨੇ ਦਿਖਾ ਕੇ ਪਰਚੀ ਪਾਈ, ਅਸੀਂ ਉਸਦਾ ਵਿਰੋਧ ਕੀਤਾ ਵੀ ਇਹ ਹੁਣ ਵੋਟ ਇਨਵੈਲਿਡ ਹੈਗੀ। ਇਹ ਚੀਜ਼ਾਂ ਗੁਜਰਾਤ ਦੀ ਰਾਜ ਸਭਾ ਦੀ ਇਲੈਕਸ਼ਨ ਦੇ ਵਿੱਚ ਨਲ ਐਂਡ ਵਾਈਡ ਸੁਪਰੀਮ ਕੋਰਟ ਵੱਲੋਂ ਦਿੱਤੀਆਂ ਗਈਆਂ, ਔਰ ਉਸ ਵਕਤ ਦਾ ਉਹਨਾਂ ਦਾ ਕੈਂਡੀਡੇਟ ਹੁੰਦਾ ਸੀ ਅਹਿਮਦ ਪਟੇਲ। ਇਹ ਜਿਹੜੀ ਸੀ ਕਾਰਵਾਈ ਗੈਰ ਕਾਨੂੰਨੀ ਕਾਰਵਾਈ ਸੀ। ਇਸ ਗੈਰ ਕਾਨੂੰਨੀ ਕਾਰਵਾਈ 'ਤੇ ਅਸੀਂ ਓਬਜੈਕਸ਼ਨ ਚੁੱਕਿਆ, ਸਿਰਸਾ ਕਮਾਂਡ ਕਰ ਰਿਹਾ ਸੀ, ਔਰ ਇਹਨਾਂ ਨੇ 2-3 ਬਟਾਲੀਅਨ ਪੁਲਿਸ ਦੀਆਂ ਬਾਹਰ ਗੱਡੀਆਂ ਖੜੀਆਂ ਕੀਤੀਆਂ। ਆਰਮਡ ਪੁਲਿਸ ਜਿਹੜੀ ਹੈ ਉਹਨੇ ਗੁਰਦੁਆਰੇ ਨੂੰ ਘੇਰਾ ਪਾ ਲਿਆ ਸੀ, ਸੰਗਤ ਵੀ ਬੜੀ ਸੀ, ਔਰ ਪੁਲਿਸ ਜਿਹੜੀ ਸੀ ਅੱਤ ਦੀ ਬੇਦਬੀ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਿਸੇ ਨੇ ਨਹੀਂ ਵੇਖਿਆ ਵੀ ਇਹਨਾਂ ਜੁੱਤੀਆਂ ਪਾਈਆਂ ਕਿ ਨਹੀਂ ਪਾਈਆਂ। ਸਾਨੂੰ ਧੱਕੇ ਦੇ ਨਾਲ ਚੁੱਕ ਚੁੱਕ ਕੇ ਬਾਹਰ ਮਾਰਿਆ ਇਹਨਾਂ ਨੇ, ਔਰ ਰਾਤ ਨੂੰ 12 ਵਜੇ ਦੇ ਨਾਲ ਪੁਲਿਸ ਨੇ ਪਰਚੀਆਂ ਪਾਈਆਂ ਬੈਲਟ ਬਾਕਸ ਦੇ ਵਿੱਚ। ਜਸਟ ਇਮੈਜਿਨ, ਦਿਸ ਇਜ਼ ਆਲ ਓਨ ਦਾ ਰਿਕਾਰਡ। ਇਹਨਾਂ ਦੀਆਂ ਫੋਟੋਆਂ ਖਿੱਚੀਆਂ ਹੋਈਆਂ, ਉਹ ਕੇਸ ਸਾਡੇ ਪੈਂਡਿੰਗ ਹੈ। ਮੈਂ ਸਮਝਦਾ ਵੀ ਇਹਨਾਂ ਦਾ ਸਪਸ਼ਟ ਤੌਰ 'ਤੇ ਮੈਂ ਕੋਈ ਮਿਸ ਵਰਡਸ ਆਪਣੇ ਨਹੀਂ ਕਰਾਂਗਾ, ਸ਼ਾਇਦ ਇਹਨਾਂ ਨੂੰ ਇੱਕ ਟਾਰਗੇਟ ਦਿੱਤਾ ਗਿਆ ਸੀ ਬਈ ਅਸੀਂ ਤੁਹਾਨੂੰ ਬਿਠਾਉਂਦੇ ਹਾਂ, ਤੁਸੀਂ ਜਾ ਕੇ ਸਿੱਖਾਂ ਦਾ ਇੱਕ ਇੱਕ ਜਿਹੜਾ ਪਾਇਆ ਹੈਗਾ ਉਹ ਕੱਟ ਦਿਓ। ਔਰ ਮਨ ਅਫਸੋਸ ਨਾਲ ਕਹਿਣਾ ਪੈਂਦਾ ਵੀ ਸਭ ਤੋਂ ਪਹਿਲਾਂ ਉਹਨਾਂ ਨੇ ਸਭ ਤੋਂ ਵੱਡਾ ਪਾਇਆ ਜਿਹੜਾ ਸਾਡਾ ਐਜੂਕੇਸ਼ਨ ਦਾ ਸੀ ਉਸਨੂੰ ਕੱਟਿਆ। ਵੀ ਐਜੂਕੇਸ਼ਨ ਦਾ ਪਾਇਆ ਕੱਟਾਂਗੇ, ਇਹਨਾਂ ਦੀ ਪਨੀਰੀ ਜਿਹੜੀ ਹੈ ਉਹ ਖਤਮ ਹੋ ਜਾਏਗੀ। ਇਹ ਇੱਕ ਬੜੀ ਵੱਡੀ ਚਾਲ ਸੀ, ਸਿੱਖ ਕੌਮ ਦੇ ਨਾਲ ਬੜਾ ਵੱਡਾ ਧੋਖਾ ਸੀ। ਸਿੱਖਾਂ ਨੇ ਜੋ ਆਜ਼ਾਦੀ ਦੇ ਵਿੱਚ
ਆਪਣਾ ਯੋਗਦਾਨ ਪਾਇਆ ਸੀ ਔਰ ਜੋ ਕੁਰਬਾਨੀਆਂ ਕੀਤੀਆਂ ਸੀ ਉਹ ਇਹਨਾਂ ਨੇ ਨਸ਼ਤੋ ਨਬੂਤ ਕਰਕੇ ਰੱਖ ਦਿੱਤੀਆਂ। ਉਹਨਾਂ ਦੀ ਕੋਈ ਸ਼ਰਮ ਹਯਾ ਨਹੀਂ ਰੱਖੀ ਇਹਨਾਂ ਨੇ, ਔਰ ਸਰਸੇ ਵਰਗੇ ਬੰਦੇ ਨੂੰ ਇਹਨਾਂ ਨੇ ਡਿਫੈਕਟਿਵ ਪ੍ਰੈਜੀਡੈਂਟ ਬਣਾਤਾ। ਔਰ ਇਹ ਐਸਾ ਸ਼ਖਸ ਜਿਹਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਮੈਂ ਇੱਕ ਗਿੱਲਾ ਮਨਜੀਤ ਸਿੰਘ 'ਤੇ ਜ਼ਰੂਰ ਹੈ ਵੀ ਇਹਨੇ ਪੰਜਾਬੀ ਪੜ੍ਹਵਾਈ ਕਿਉਂ ਨਹੀਂ ਉਸ ਕੋਲੋਂ? ਤੇਰਾ ਜਨਰਲ ਸਕੱਤਰ ਸੀ ਤੂੰ ਉਸ ਕੋਲ ਪੰਜਾਬੀ ਕਿਉਂ ਨਹੀਂ ਪੜ੍ਹਵਾਈ? ਚੁੱਪੇ ਬਾਹਰ ਮਾਰਦਾ ਉਸ ਵਕਤ ਇਹਨੂੰ। ਪਰ ਚਲੋ, ਬੀ ਗੌਨ ਬਾਈ ਗੌਨ। ਸਵਾਲ ਇਹ ਹੈਗਾ ਜਿਸ ਬੰਦੇ ਨੂੰ ਪੰਜਾਬੀ ਵੀ ਨਹੀਂ ਪੜ੍ਹਨੀ ਆਉਂਦੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਨਹੀਂ ਕਰਨਾ ਆਉਂਦਾ, ਮੈਂ ਉੱਥੇ ਮੌਜੂਦ ਸੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ, ਇਹ ਪਾਠ ਵੀ ਨਹੀਂ ਸੀ ਕਰ ਸਕਿਆ। ਐਸੇ ਸ਼ਖਸ ਨੂੰ ਸਿੱਖਾਂ ਦੀ ਧਾਰਮਿਕ ਜਥੇਬੰਦੀ ਦਾ ਮੁਖੀ ਬਣਾਉਣਾ, ਇਸ ਤੋਂ ਵੱਡਾ ਜ਼ੁਲਮ ਹੋਰ ਸਿੱਖਾਂ ਨਾਲ ਕੀ ਹੋ ਸਕਦਾ? ਔਰ ਇਹਨਾਂ ਬੇਈਮਾਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ। ਮਨਜੀਤ ਸਿੰਘ 'ਤੇ ਇਲਜ਼ਾਮ ਲੱਗੇ ਸਨ, ਪਰੂਫ ਨਹੀਂ ਸੀ ਹੋਇਆ। ਇਲਜ਼ਾਮਾਂ ਦੇ ਉੱਪਰ ਮਨਜੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ। ਯੂ ਆਰ ਪਰੂਵਡ ਗਿਲਟੀ ਬਾਈ ਦਾ ਕੋਰਟ, ਹਾਈ ਕੋਰਟ। ਔਰ ਇਹ ਪਹਿਲੀ ਵਾਰ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਜਨਰਲ ਸਕੱਤਰ ਗਿਲਟੀ ਹੈਗੇ, ਔਰ ਇਹਨਾਂ ਦੀ ਸਜ਼ਾ ਜਿਹੜੀ ਹੈ 12 ਅਗਸਤ ਨੂੰ ਕੋਰਟ ਸੁਣਾਏਗਾ। ਇਹਨਾਂ ਨੂੰ ਹਾਲੇ ਵੀ ਸ਼ਰਮ ਜੇ ਇੱਕ ਪੈਸੇ ਦੀ ਹੈਗੀ, ਇਹ ਕਹਿਣ ਵੀ ਅਸੀਂ ਅੱਜ ਤੋਂ ਬਾਅਦ ਗੁਰਦੁਆਰੇ ਨਹੀਂ ਆਉਣਾ। ਸਾਡੇ ਗੁਰਦੁਆਰਿਆਂ ਦੇ ਹਾਲਾਤ ਮੇਰੇ ਕੋਲ ਸਰ ਮਨਜੀਤ ਸਿੰਘ ਸਰ ਨਾਲ ਬੈਠੇ, ਸਾਡੇ ਅਸਲ ਸੰਬੰਧ ਇਹਨਾਂ ਦੇ ਵਾਲਦ ਸਾਹਿਬ ਨਾਲ ਸਨ। ਉਹ ਦੁਕਾਨ 'ਤੇ ਮੇਰੇ ਕੋਲ ਆਉਂਦੇ ਸਨ ਚਾਂਦੀ ਚੌਕ 'ਤੇ, ਇੱਕ ਗੱਲ ਕਹਿੰਦੇ ਸਨ ਮੇਰੇ ਵਾਲਦ ਸਾਹਿਬ ਨੂੰ ਸਰ ਤਰਲੋਚਨ ਸਿੰਘ, ਕੋਈ ਵਕਤ ਆਏਗਾ ਜਿਸ ਵਕਤ ਇਹ ਧਾੜਵੀ ਜਿਹੜੇ ਨੇ ਇਹ ਗੁਰਦੁਆਰੇ ਦੇ ਕਾਬਜ਼ ਹੋਣਗੇ ਅਤੇ ਉਸ ਵਕਤ ਇਹ ਗੁਰਦੁਆਰੇ ਦੀਆਂ ਕੰਧਾਂ ਵੀ ਵਿਕ ਜਾਣਗੀਆਂ। ਅੱਜ ਉਹ ਨੋਬਤ ਕੰਧਾਂ ਵਿਕਣ ਦੀ ਆ ਚੁੱਕੀ ਹੈ। ਕਿ ਸਾਡੇ 700-800 ਕਰੋੜ ਰੁਪਏ ਦੀ ਘੱਟੋ ਘੱਟ ਦੇਣਦਾਰੀ ਬਣਦੀ ਸੀ ਅੱਗੇ ਦਿਨ ਰਹਿ। ਅਸੀਂ ਚਿੱਠੀ ਲਿਖੀ ਸੀ ਐਜੂਕੇਸ਼ਨ ਡਿਪਾਰਟਮੈਂਟ ਨੂੰ, ਵਿਚ ਵਾਜ ਅਪਰੂਵਡ ਬਾਏ ਦਾ ਮਿਨਿਸਟਰ ਐਂਡ ਦਾ ਡਾਇਰੈਕਟਰ ਆਫ ਐਜੂਕੇਸ਼ਨ, ਬਈ ਅਸੀਂ 1 ਫਰਵਰੀ 2013 ਤੋਂ ਲਾਗੂ ਕਰਾਂਗੇ। ਉਹਨਾਂ ਕਹਿ ਰਹੀ ਬਿਲਕੁਲ ਠੀਕ ਹੈ। ਇਲੈਕਸ਼ਨਾਂ ਜਿੱਤਣ ਤੋਂ ਬਾਅਦ ਸਰ ਅਵਤਾਰ ਸਿੰਘ ਹਿੱਤ ਦੀ ਬਾਇਟ ਵੀ ਮੌਜੂਦ ਹੈਗੀ ਅੱਜ ਰਿਕਾਰਡ ਦੇ ਵਿੱਚ, ਜਿਸ ਵਿੱਚ ਉਹਨਾਂ ਨੇ ਇਹ ਫੰਕਸ਼ਨ ਕੀਤਾ ਜਿੱਤ ਦਾ, ਅਤੇ ਸਾਰੀਆਂ ਟੀਚਰਾਂ ਨੂੰ ਬਣਾ ਕੇ ਕਿਹਾ ਵੀ ਅਸੀਂ ਤੁਹਾਨੂੰ 6ਵਾਂ ਪੇ ਕਮਿਸ਼ਨ ਲਾਗੂ ਕਰਾਂਗੇ। ਬੜੀਆਂ ਟੀਚਰਾਂ ਨੇ ਖੁਸ਼ੀ ਮਨਾਈ। ਸਰ ਅਵਤਾਰ ਸਿੰਘ ਹਿੱਤ ਨੇ ਫਿਰ ਕਿਹਾ ਪਰ ਦਿਆਂਗੇ ਅਸੀਂ 1 ਫਰਵਰੀ ਤੋਂ ਹੀ। ਟੀਚਰਾਂ ਨੇ ਉਹ ਵੀ ਕਬੂਲ ਕੀਤਾ, ਤਾੜੀਆਂ ਮਾਰ ਕੇ ਵੀ ਸਾਨੂੰ ਇਹ ਵੀ ਮਨਜ਼ੂਰ ਹੈਗਾ। ਇਹਨਾਂ ਨੇ ਅਸੀਂ ਵਾਰ ਵਾਰ ਇਹ ਗੱਲ ਕਹਿ ਰਹੇ ਸੀ ਬਈ ਇਹਨਾਂ ਬੇਈਮਾਨਾਂ ਨੇ ਸਭ ਕੁਝ ਖਾ ਪੀ ਕੇ ਖਤਮ ਕਰਤਾ। ਇਹ 50-100 ਕਰੋੜ ਰੁਪਏ ਜਿੱਦਾਂ ਦਿੱਲੀ ਗੁਰਦੁਆਰਾ ਕਮੇਟੀ ਖਤਮ ਕੀਤੀ, ਐਸੀ ਨੌਬਤ ਪਹੁੰਚ ਗਈ ਹੈ ਵੀ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਟਾਫ ਨੂੰ ਵੀ ਤਨਖਾਹ ਟਾਈਮ ਸਿਰ ਨਹੀਂ ਦੇ ਸਕਦੇ। ਹਾਲਾਂਕਿ ਹਰ ਸਾਲ ਰਿਕਾਰਡ ਹੈਗਾ ਚੜ੍ਹਤ 10% ਵੱਧਦੀ ਹੈ, ਪਰ ਇਹਨਾਂ ਨੇ ਤਾਂ ਫਨਲ ਲਾਈ ਹੋਈ ਹੈ ਸਿੱਧੀ ਗੋਲਮ 'ਚ, ਪਤਾ ਨਹੀਂ ਪੈਸਾ ਕਬਰੇ ਡਿੱਗਦਾ ਤਾਂ ਉਸ ਤੋਂ ਬਾਅਦ ਕਿੱਥੇ ਜਾਂਦਾ ਹੈ। ਜੇ ਅਸੀਂ ਆਪਣੀ ਸਿਆਸਤ
ਮੈਂਬਰਾਂ ਦੀ ਖਰੀਦ ਫਰੋਖਤ ਗੁਰਦੁਆਰਾ ਕਮੇਟੀ ਦੇ ਫੰਡਸ ਤੋਂ ਕਰਾਂਗੇ, ਅਸੀਂ ਅੱਜ ਵੀ ਨਹੀਂ ਹਾਂ ਅਤੇ ਕੱਲ੍ਹ ਵੀ ਨਹੀਂ ਹਾਂ। ਇੱਕ ਮਾਲਵਿਆ ਨਗਰ ਦਾ ਮੈਂਬਰ ਹੈਗਾ, ਉਹ ਸਾਡੀ ਟਿਕਟ ਤੋਂ ਜਿੱਤਿਆ ਹੈ। ਉਹਦੀ ਭੈਣ 13 ਸਾਲ ਪਹਿਲੇ ਇਹਨਾਂ ਨੇ ਟਰਮੀਨੇਟ ਕੀਤੀ ਬਈ ਤੇਰਾ BEd ਦਾ ਜਿਹੜਾ ਸਰਟੀਫਿਕੇਟ ਹੈ ਉਹ ਝੂਠਾ ਹੈਗਾ, ਗਲਤ ਹੈਗਾ, ਟਰਮੀਨੇਟ ਹੋ ਗਈ। 4-5 ਸਾਲ ਬਾਅਦ ਉਸਨੇ BEd ਕਰ ਲਈ, ਉਹਨੂੰ ਫਿਰ ਰੱਖ ਲਿਆ, ਰੱਖਿਆ ਵੀ ਕਦਮ ਤੋਂ ਪਿਛਲੇ 13 ਸਾਲ ਤੋਂ। ਪਿਛਲੇ 13 ਸਾਲ ਦੀ ਤਨਖਾਹ, ਏਰੀਅਰਸ, ਇਨਕਰੀਮੈਂਟ ਸਾਰੀਆਂ ਦੇ ਕੇ ਉਹਨੇ ਕਿਹਾ ਬਸ ਤੂੰ ਸਾਨੂੰ ਵੋਟ ਪਾ ਦੇ, ਸਾਡੇ ਕੋਲ ਆ ਕੇ ਖਲੋ ਜਾ। 85 ਲੱਖ ਰੁਪਇਆ ਤੇਰੀ ਭੈਣ ਦਾ ਚੱਕ ਸਾਡੇ ਕੋਲ ਪਿਆ, 7 ਲੱਖ ਰੁਪਇਆ ਐਡਵਾਂਸ ਉਹਦਾ ਦੇ ਵੀ ਬੈਠਾ। ਨਾ ਸ਼ਰਮ ਲੈਣ ਵਾਲਿਆਂ ਨੇ ਮੈਂ, ਨਾ ਸ਼ਰਮ ਦੇਣ ਵਾਲਿਆਂ ਨੇ ਮੈਂ। ਕੱਲ੍ਹ ਮੈਂ ਬਾਣੀ ਪੜ੍ਹ ਰਿਹਾ ਸੀ ਪੂਨੇ ਮਹੱਲਾ 5 ਦੇ ਵਿੱਚ, ਅਤੇ ਗੁਰੂ ਮਹਾਰਾਜ ਕਹਿੰਦੇ ਨੇ ਇਹ ਮਨੁੱਖ ਜਿਹੜੀ ਤੂੰ ਬੇਈਮਾਨੀ ਕਰ ਰਿਹਾ ਇਹ ਪਰਮਾਤਮਾ ਦੇਖ ਰਿਹਾ, ਤੂੰ ਇਹ ਨਾ ਸਮਝ ਇਹ ਪਰਮਾਤਮਾ ਨਹੀਂ ਦੇਖ ਰਿਹਾ, ਇਹ ਪੈਸੇ ਲੈਣ ਵਾਲਿਆ ਤੂੰ ਦੇਖੀ ਤੇਰਾ ਹਸ਼ਰ ਕੀ ਹੋਏਗਾ, ਔਰ ਗੁਰੂ ਘਰ ਦਾ ਪੈਸਾ ਦੇਣ ਵਾਲਿਓ ਦੇਖੋ ਤੁਹਾਡਾ ਹਸ਼ਰ ਕੀ ਹੋਏਗਾ। ਤੁਸੀਂ ਮੰਗਦੇ ਬਣ ਕੇ ਸੜਕਾਂ 'ਤੇ ਬੈਠੋਗੇ ਕਟੋਰੇ ਲੈ ਕੇ, ਤੁਹਾਨੂੰ ਕਿਸੇ ਨੇ ਪੀਕ ਨਹੀਂ ਪਾਉਣੀ। ਇਤਨਾ ਜ਼ੁਲਮ ਗੁਰੂ ਦੇ ਪੈਸੇ ਦੇ ਨਾਲ, ਇਤਨੀ ਬੇਹਯਾਈ ਗੁਰੂ ਦੇ ਪੈਸੇ ਦੇ ਨਾਲ। ਅੱਜ ਹਾਲਤ ਇਹ ਹੈਗੀ ਦਿੱਲੀ ਗੁਰਦੁਆਰਾ ਕਮੇਟੀ ਦੀ, ਸਾਡੇ ਵਕਤ 3 ਕਾਰਾਂ ਹੁੰਦੀਆਂ ਸਨ, ਕੁਝ ਜ਼ਿਆਦਾ ਲਸਮਾਂ ਤਾਂ ਹੈ ਹੀ ਨਹੀਂ। ਅੱਜ 24 ਕਾਰਾਂ ਹੈਗੀਆਂ ਦਿੱਲੀ ਗੁਰਦੁਆਰਾ ਕਮੇਟੀ 'ਚ, 24 ਡਰਾਈਵਰ ਹੈਗੇ, ਅਨਲਿਮਿਟਿਡ ਪੈਟਰੋਲ ਹੈਗਾ। ਕੋਈ ਮੈਂਬਰ ਮੰਤ ਬਣ ਕੇ ਕੋਈ ਸਕੂਲ ਖਾ ਰਿਹਾ, ਕੋਈ ਮੈਂਬਰ ਮੰਤ ਬਣ ਕੇ ਕੋਈ ਸਕੂਲ ਖਾ ਰਿਹਾ। ਨਾਨਕ ਪਿਆਓ ਤਾਂ ਜਾਈਏ ਅਜੀ ਅਸੀਂ ਕੀ ਕਰੀਏ ਦੀ, ਚੇਅਰਮੈਨ ਜਿਹੜਾ ਹੈਗਾ ਉਹ ਹੀ ਨਹੀਂ ਕੁਛ ਛੱਡਦਾ ਪਿਆ। ਸਾਰੇ ਨਾਨਕ ਪਿਆਓ ਦਾ ਲੰਗਰ ਉਹਦੇ ਇਲਾਕੇ ਦੇ ਵਿੱਚ ਫ੍ਰੀ ਜਾਂਦਾ, ਸਾਰੇ ਬੱਚੇ ਜਿਹੜੇ ਪੜ੍ਹਦੇ ਪਏ ਨਾਨਕ ਪਿਆਓ ਸਕੂਲ ਦੇ ਵਿੱਚ ਉਹ ਉਹਨਾਂ ਦੀ ਫੀਸ ਫ੍ਰੀ ਹੈਗੀ, ਕੋਈ ਪੁੱਛਣ ਵਾਲਾ ਨਹੀਂ, ਕੋਈ ਜ਼ਿਆਦਾ ਹੀ ਨਹੀਂ ਪੁੱਛਣ ਵੀ ਦੱਸੋ ਯਾਰ ਸਾਨੂੰ ਹਿਸਾਬ ਤਾਂ ਦਿਓ। ਕਦੀ ਹਿਸਾਬ ਆਇਆ ਕਿਸੇ ਸੰਗਤ ਦੇ ਬੰਦੇ ਨੂੰ? ਬੰਦ ਹੋ ਗਿਆ, ਖਤਮ ਹੋ ਗਈ ਕਹਾਣੀ। ਪਰ ਮੈਂ ਹਾਈ ਕੋਰਟ ਦੇ ਜੱਜ ਸਾਹਿਬ ਦਾ ਧੰਨਵਾਦ ਕਰਦਾ, ਜਿਵੇਂ ਦਸਮ ਪਾਤਸ਼ਾਹ ਨੇ ਮਸੰਦ ਸਾੜੇ ਸਨ ਉਹਨਾਂ ਦੀਆਂ ਕਰਤੂਤਾਂ ਤੋਂ। ਮੈਂ ਅੱਜ ਕਹਿੰਦਾ ਇਸ ਜੱਜ ਨਵੀਨ ਚਾਵਲੇ ਨੇ ਇਹ ਸਿੱਖਾਂ ਦੇ ਮਸੰਦਾਂ ਨੂੰ ਹੀ ਸਾੜਿਆ, ਇਹ ਕਿਸੇ ਮਸੰਦ ਤੋਂ ਘੱਟ ਨਹੀਂ ਸਨ। ਅੱਜ ਫੈਸਲੇ ਦੇ ਵਿੱਚ ਇਹਨਾਂ ਦੀ ਪ੍ਰਧਾਨਗੀ ਅਤੇ ਜਨਰਲ ਸਕੱਤਰੀ ਖਤਮ ਹੋ ਚੁੱਕੀ ਹੈ। ਕੱਲ੍ਹ ਵੀ ਅਸੀਂ ਜਨਰਲ ਮੈਨੇਜਰ ਨੂੰ ਟੈਲੀਫੋਨ ਕੀਤੀ ਹੈ ਬਈ ਨਾ ਤਾਂ ਤੂੰ ਕੋਈ ਚੈੱਕ ਬਣਾ ਸਕਦਾ, ਨਾ ਕੋਈ ਉਹ ਚੈੱਕ ਦੇ ਸਕਦੇ, ਨਾ ਕੋਈ ਉਹ ਖਰੀਦ ਫਰੋਖਤ ਕਿਸੇ ਮੈਂਬਰ ਦੀ ਕਰ ਸਕਦੇ। ਅੱਗੋਂ ਜਿਹੜੇ ਮੁਕੱਦਮਿਆਂ ਦੀ ਫੀਸ ਵੀ ਹੈਗੀ ਉਹ ਆਪਣੇ ਪੱਲਿਓ ਦੇਣਗੇ, ਗੁਰਦੁਆਰਾ ਕਮੇਟੀ ਨਹੀਂ ਦੇਗੀ, ਕਿਉਂਕਿ ਮੁਕੱਦਮੇ ਤੁਹਾਡੇ 'ਤੇ ਨੇ, ਗੁਰਦੁਆਰੇ 'ਤੇ ਮੁਕੱਦਮੇ ਨਹੀਂ ਹੈਗੇ, ਤੁਹਾਡੇ 'ਤੇ ਮੁਕੱਦਮੇ ਨੇ, ਪ੍ਰਬੰਧਕਾਂ ਦੇ ਉੱਪਰ ਮੁਕੱਦਮੇ ਨੇ।
ਇਹ ਪ੍ਰਬੰਧਕ ਕਿਸੇ ਕਿਸਮ ਦਾ ਵਕੀਲ ਨਹੀਂ ਕਰ ਸਕਣ। ਹੁਣ ਕਰਨ ਨਾ 10-10 ਲੱਖ ਰੁਪਏ ਦੀ ਫੀਸ ਦਾ ਵਕੀਲ, ਪਹਿਲੇ ਦੇ ਲਾਲੇ ਦੀਆਂ ਲੁੱਟਾਂ ਸਨ। ਸਰਸੇ ਵਕਤ ਮੇਰੇ ਖਿਆਲ 1 ਕਰੋੜ ਰੁਪਇਆ ਜਿਹੜਾ ਹੈਗਾ ਉਹ ਗੁਰਦੁਆਰਾ ਕਮੇਟੀ ਤੋਂ ਗਿਆ ਹੋਇਆ। 20-20 ਲੱਖ ਰੁਪਏ ਦਾ ਫੀਸ ਵਕੀਲਾਂ ਦੀ, ਇਹ ਖਰਬਪਤੀ ਹੋਏਗਾ ਆਪਣੇ ਘਰ ਹੋਏਗਾ। ਸਿੱਖ ਕੌਮ ਦੇ ਵਿੱਚ ਜੇ ਕੋਈ ਸਭ ਤੋਂ ਵੱਡਾ ਕੰਗਾਲ ਹੋਇਆ ਹੈ ਅਤੇ ਬੇਈਮਾਨ ਹੋਇਆ ਹੈ, ਇਹ ਮੈਂ ਸਮਝਦਾ ਇਹ ਸਰਸਾ ਐਂਡ ਕੰਪਨੀ ਹੈ ਅਤੇ ਨਾਲ ਉਹਦੇ ਜਿਹੜੇ ਨੇ ਚੇਲੇ ਝਾਟੜੇ ਕਾਲਕਾ ਵਗੈਰਾ ਅਤੇ ਕਾਲੋ ਵਗੈਰਾ। ਇਹ ਜਿਸ ਵਕਤ ਇਤਿਹਾਸ ਲਿਖਣ ਹੋਏਗਾ, ਕੋਈ ਨਾ ਕੋਈ ਇਤਿਹਾਸਕਾਰ ਆ ਜ਼ਰੂਰ ਇਤਿਹਾਸ ਲਿਖ ਰਿਹਾ ਹੋਣਾ, ਬਈ ਅੱਜ ਤੱਕ ਕੀ ਇਤਿਹਾਸ ਹੈ। ਇਸ ਇਤਿਹਾਸ ਦੇ ਵਿੱਚ ਮੇਰੀ ਸਪੀਚ ਦਾ ਵੀ ਜ਼ਿਕਰ ਕੀਤਾ ਹੋਏਗਾ ਵੀ ਇਸ ਕਿਸਮ ਦੀਆਂ ਬੇਈਮਾਨੀਆਂ ਜਿਹੜੀਆਂ ਨੇ ਇਹ ਹੋ ਰਹੀਆਂ ਨੇ, ਇਹਨਾਂ ਨੂੰ ਸਾਰੇ ਫੰਕਸ਼ਨ ਕਰਨ ਦੀ ਬਣਾਈ ਹੋ ਚੁੱਕੀ ਹੈ। ਕਿਸੇ ਨੂੰ ਵੀ ਕੋਈ ਏਡ ਦੇਣ ਦੀ ਬਣਾਈ ਹੋ ਚੁੱਕੀ ਹੈ, ਕਿਸੇ ਮੈਂਬਰ ਨੂੰ ਕੋਈ ਮੈਂਬਰ ਫੰਡ ਜਿਹੜੇ ਇਹ ਨਹੀਂ ਦੇ ਸਕਦਾ। ਸਭ ਤੋਂ ਪਹਿਲੇ ਪੈਸੇ ਦੇ ਉਹਨਾਂ ਦੇ, ਇੱਕ ਬੜਾ ਵੱਡਾ ਟਾਸਕ ਹੈ ਦਾ, ਕਿਉਂਕਿ ਇਸ ਤੋਂ ਬਾਅਦ ਜਿਹੜਾ ਵੀ ਮੈਂ ਸਮਝਦਾ ਆਏਗਾ ਪ੍ਰਬੰਧ ਸੰਭਾਲੇਗਾ ਉਹਦੀ ਜ਼ਿੰਮੇਦਾਰੀ ਹੋਏਗੀ ਇਸ ਨੂੰ ਕਿਵੇਂ ਸੋਲਵ ਕਰਨਾ ਹੈ। ਇਹ ਨਹੀਂ ਹੈਗਾ ਵੀ ਮੈਂ ਆਪਣਾ ਦੌੜਦਿਆਂ ਬੈਟਨ ਕਿਸੇ ਹੋਰ ਦੇ ਹੱਥ ਭਰਾ ਤੈ ਲੈ ਜੇ ਹੁਣ ਅਗਲੀ ਦੌੜ ਤੂੰ ਕਰਾਂ, ਹੁਣ ਇਹ ਬੈਟਨ ਉਹਦੇ ਹੱਥ ਆਏਗਾ ਜਿਹਦੇ ਵਿੱਚ ਕੈਪੇਬਿਲਿਟੀ ਹੋਏਗੀ, ਯੈਸ ਆਈ ਹੈਵ ਦਾ ਕੈਪੇਬਿਲਿਟੀ ਟੂ ਸੋਲਵ ਆਲ ਦੀਸ ਪ੍ਰੋਬਲਮਸ, ਉਸਦੇ ਹੱਥ ਬੈਟਨ ਫੜਾਇਆ ਜਾਏਗਾ। ਹੋਰ ਕਿਸੇ ਦੇ ਹੱਥ ਬੈਟਨ ਜਿਹੜਾ ਉਹ ਨਹੀਂ ਫੜਾਇਆ ਜਾਏਗਾ। ਕੋਰਟ ਨੇ ਫੋਰੈਂਸਿਕ ਆਡਿਟ ਦੇ ਵੀ ਆਰਡਰ ਕਰ ਦਿੱਤੇ, ਉਹਨਾਂ ਨੇ 2020 ਤੋਂ ਫੋਰੈਂਸਿਕ ਆਡਿਟ ਕੀਤੀ ਹੈ। ਅਸੀਂ ਕੋਰਟ ਤੋਂ ਮੰਗ ਕਰਦੇ ਹਾਂ ਤੁਸੀਂ ਸਕੂਲਾਂ ਤੋਂ ਇਲਾਵਾ ਗੁਰਦੁਆਰਾ ਕਮੇਟੀ ਦੀ ਵੀ ਫੋਰੈਂਸਿਕ ਆਡਿਟ ਕਰਾਓ। ਕੋਰਟ ਨੂੰ ਖੁੱਲ੍ਹੀ ਛੁੱਟੀ ਹੈਗੀ, ਅਸੀਂ ਪ੍ਰਧਾਨ ਅਤੇ ਸਕੱਤਰ ਨੂੰ ਕਹਿੰਦੇ ਹਾਂ ਫਰਸਾ ਨਹੀਂ ਕਰਦੇ। ਅਸੀਂ ਇਹ ਹੁਣ ਇਹਨਾਂ ਦੇ ਬਾਅਦ ਥੋੜ੍ਹੀ ਹੈਗਾ ਭਾਈ, ਨਾ ਨਾ ਕਰ ਸਕਦੇ ਹਾਂ, ਕਿਉਂ ਨਹੀਂ ਕਰ ਸਕਦੇ, ਹੁਣ ਨਹੀਂ ਕਰ ਸਕਦੇ। ਹੁਣ ਇਹਨਾਂ ਦੇ ਬਸ ਕੁਝ ਵੀ ਨਹੀਂ, ਦੇ ਆਰ ਨਾਟ ਦਾ ਪ੍ਰੈਜੀਡੈਂਟ ਨਾਟ ਦਾ ਜਨਰਲ ਸੈਕਟਰੀ, ਪਲੀਜ਼ ਡੋਂਟ ਡੂ ਦੈਟ। ਇਹਨਾਂ ਨੂੰ ਕਿਸੇ ਕਿਸਮ ਦਾ ਅਖਤਿਆਰ ਦੇਣ ਦੀ ਲੋੜ ਨਹੀਂ ਹੈਗੀ, ਨਾ ਹੀ ਇਹ ਕਾਬਲ ਹੈਗੇ ਵੀ ਕੋਈ ਅਖਤਿਆਰ ਇਹਨਾਂ ਨੂੰ ਦਿੱਤਾ ਜਾਏ। ਇੱਕ ਮਿੰਟ ਜਰਾ ਗੱਲਾਂ ਨਾ ਕਰੋ, ਮੈਂ ਜਾਣ ਸਕਦਾ। ਅਸੀਂ ਇਹ ਵੀ ਮੰਗ ਕਰਦੇ ਹਾਂ, ਅਸੀਂ ਕੋਰਟ ਦੇ ਵਿੱਚ ਕਰਾਂਗੇ, ਬੇਸ਼ੱਕ ਦਿੱਲੀ ਗੁਰਦੁਆਰਾ ਕਮੇਟੀ ਦੀ ਜਿਹੜੇ ਮਰਜ਼ੀ ਸੰਨ ਤੋਂ ਫੋਰੈਂਸਿਕ ਆਡਿਟ ਕਰਾਉਣ, ਇਨਕਲੂਡਿੰਗ ਆਵਰ ਟੈਨਿਓਰ। ਅਸੀਂ ਤਾਂ ਸੱਚੇ ਪਾਤਸ਼ਾਹ ਦੇ ਨਾਲ ਮਲੰਗਾਂ ਨਾਲ ਦੋਸਤੀ ਪਾਈ ਸੀ, ਗੁਰੂ ਅੱਗੇ ਅਰਦਾਸ ਕਰੀਦਾ ਸੀ ਸੱਚੇ ਪਾਤਸ਼ਾਹ। ਮੈਂ ਜਦ 1 ਸਾਲ ਵਾਸਤੇ ਪ੍ਰਧਾਨ ਬਣਿਆ ਤਾਂ ਮੈਨੂੰ ਸਵੇਰੇ ਪਰਮਜੀਤ ਸਿੰਘ ਬੁਲਾਉਂਦਾ ਹੈ, ਕਹਿੰਦਾ ਦੇਖ ਹਰਵਿੰਦਰ ਸਿੰਘ ਅੱਜ ਤੂੰ ਬਣ ਗਿਆ ਪ੍ਰਧਾਨ, ਬਿਨਾਂ ਦੇਖੇ ਕੋਈ ਕਾਗਜ਼ ਸਾਈਨ ਨਾ ਕਰੀ, ਕਾਗਜ਼ ਨੂੰ ਪੜ੍ਹ ਲਈ, ਔਰ ਜਿਹੜਾ ਕਾਗਜ਼ ਤੈਨੂੰ ਲੱਗੇ ਨਹੀਂ ਠੀਕ ਨਾ ਸਮਝ ਆਏ ਮੇਰੇ ਕੋਲ ਪੁੱਛ ਲਈ, ਸਮਝ ਆ ਰਿਹਾ ਜਾਂ ਸਰ ਨੂੰ ਉੱਥੇ ਕਰਦਾ ਹੈ, ਡੋਂਟ ਬਾਦਰ ਫੋਰ ਦਾ ਨੈਕਸਟ ਟਰਨ। ਬਿਲਕੁਲ, ਚਲੋ ਸੱਚੇ ਪਾਤਸ਼ਾਹ ਨੇ ਚਿੱਟੀ ਚਾਦਰ ਜਿਹੜੀ ਬਾਪ ਨੇ ਸਾਨੂੰ ਗਵਾਈ ਸੀ, ਅਸੀਂ ਉਹ ਚਿੱਟੀ ਚਾਦਰ ਜਿਹੜੀ ਹੈਗੀ ਦੋਵੇਂ ਭਰਾ ਪਾ ਕੇ ਬਗੈਰ ਦਾਗ ਲੱਗਣ ਦੇ ਅਸੀਂ ਇਸ ਕਮੇਟੀ ਤੋਂ ਰੁਖਸਤ ਹੋਇਆ। ਔਰ ਜੋ ਜੋ ਕੁਝ ਚੋਣ ਹਾਰਨ ਤੋਂ ਬਾਅਦ ਪਰਮਜੀਤ ਸਿੰਘ ਨੇ ਪੀ ਟੀ ਸੀ 'ਤੇ ਬਿਆਨ ਦਿੱਤਾ ਸੀ,
ਇੱਕ ਇੱਕ ਲਫ਼ਜ਼ ਸੱਚ ਹੋ ਰਿਹਾ, ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤੀ ਹੈ। ਔਰ ਮੈਂ ਸਰਕਾਰ ਨੂੰ ਗੱਲ ਕਹਿਣੀ ਚਾਹਾਂਗਾ ਬਈ ਤੁਸੀਂ ਇੱਕ ਚੋਰ ਅਤੇ ਡਾਕੂ ਆਦਮੀ ਨੂੰ ਆਪਣੇ ਪ੍ਰਿਟੀਕਲ ਮੁਫਾਜ ਨੂੰ ਠੀਕ ਕਰਨ ਵਾਸਤੇ ਜਿਹੜਾ ਸਿੱਖਾਂ ਦੇ ਉੱਪਰ ਬਿਠਾਇਆ, ਇਹ ਤੁਸੀਂ ਵੀ ਘੋਰ ਪਾਪ ਕੀਤਾ। ਤੁਸੀਂ ਜੁਮਾ ਬਰੀ ਤੁਸੀਂ ਵੀ ਨਹੀਂ, ਕਿਉਂਕਿ ਤੁਹਾਡੇ ਕਹਿਣ 'ਤੇ ਪੁਲਿਸ ਆਈ ਹੈ, ਤੁਹਾਡੇ ਕਹਿਣ 'ਤੇ ਪੁਲਿਸ ਅੰਦਰ ਵੜੀ ਹੈ, ਤੁਹਾਡੇ ਕਹਿਣ 'ਤੇ ਉਸ ਵਕਤ ਦੇ ਡਾਇਰੈਕਟਰ ਨੇ ਉਹ ਮੰਨ ਰਿਹਾ ਵੋਟ ਗਲਤ ਹੈ, ਪਰ ਅਸੀਂ ਕਿਹਾ ਜੀ ਤੁਸੀਂ ਹੁਣ ਬੋਲੋ, ਕਹਿੰਦਾ ਜੀ ਮੇਰੇ ਹੱਥ ਬੰਨੇ ਹੋਏ, ਮੈਂ ਆਪਣੀ ਨੌਕਰੀ ਥੋੜ੍ਹੀ ਪਵਾਉਣੀ ਹੈ। ਕੀ ਨਾਂ ਸੀ ਡਾਇਰੈਕਟਰ ਦਾ? ਨਰਿੰਦਰ ਸਿੰਘ। ਇਹ ਸਭ ਚੀਜ਼ਾਂ ਰਿਕਾਰਡਡ ਹੈਗੀਆਂ। ਔਰ ਸਾਨੂੰ ਨਹੀਂ ਹੈ ਕਿ ਸਾਡੇ ਵੱਲੋਂ ਕਾਲੇ ਚੋਰ ਨੂੰ ਦੇਣ, ਕਾਲੇ ਕੁੱਤੇ ਨੂੰ ਦੇਣ, ਸਰਸੇ ਨੂੰ ਦੇਣ, ਲੋਕ ਸਭਾ ਦੀ ਟਿਕਟ ਦੇਣ। ਇਟ ਇਜ਼ ਨਨ ਆਫ ਆਵਰ ਬਿਜ਼ਨਸ। ਸਰਸੇ ਨੂੰ ਦੇਣਗੇ ਅਤੇ ਸਿੱਖ ਕੌਮ ਡਟ ਕੇ ਇਹਨਾਂ ਦਾ ਵਿਰੋਧ ਕਰੇਗੀ। ਡਟ ਕੇ ਮਤਲਬ ਪੂਰੀ ਸਟਰੈਂਥ ਦੇ ਨਾਲ। ਜਿਨ੍ਹਾਂ ਬੰਦਿਆਂ ਨੇ ਗੁਰਦੁਆਰੇ ਲੁੱਟੇ, ਗੁਰਦੁਆਰਾ ਕਮੇਟੀ ਖਾਧੀ ਹੈ, ਸਾਡੇ ਐਜੂਕੇਸ਼ਨ ਇੰਸਟੀਟਿਊਸ਼ਨ ਬਰਬਾਦ ਕੀਤੇ। ਹੁਣੇ ਮੈਂ ਆਇਆ ਅਤੇ ਮੈਨੂੰ ਇੱਕ ਮੁਲਾਜ਼ਮ ਨੇ ਦੱਸਿਆ ਪਿਛਲੀ ਜੁਲਾਈ ਤੋਂ ਲੈ ਕੇ ਅੱਜ ਤੱਕ ਪ੍ਰੋਵੀਡੈਂਟ ਫੰਡ ਹੀ ਨਹੀਂ ਜਮ੍ਹਾਂ ਕਰਾਇਆ। ਮੁਲਾਜ਼ਮਾਂ ਦਾ ਪ੍ਰੋਵੀਡੈਂਟ ਫੰਡ ਹੀ ਨਹੀਂ ਜਮ੍ਹਾਂ ਕਰਾਇਆ। ਹੁਣ ਬੋਲਦੇ ਪਏ ਨਾ, ਹੁਣ ਸਾਰੇ ਗੁਰਦੁਆਰਾ ਕਮੇਟੀ ਜਿਹੜੇ ਮੁਲਾਜ਼ਮ ਹੈਗੇ ਹੁਣ ਬੋਲਣਗੇ। ਇਹਨਾਂ ਦੇ ਪੀਆਂ ਕੋਲ ਜੇ ਉਹਨਾਂ ਦੀ ਆਡਿਟ ਹੋ ਜਾਏ ਕਰੋੜਾਂ ਰੁਪਏ, ਉਹਨਾਂ ਕੋਲ ਨਿਕਲਣਗੇ। ਇਸ ਕਰਕੇ ਅਸੀਂ ਅਕਾਲ ਤਖ਼ਤ ਸਾਹਿਬ ਵੀ ਚਿੱਠੀ ਲਿਖੀ ਹੈ ਜਥੇਦਾਰ ਸਾਹਿਬ ਨੂੰ, ਬਈ ਕਿਉਂਕਿ ਚੋਰੀ ਦੇ ਇਲਜ਼ਾਮ ਦੇ ਵਿੱਚ ਇਹ ਗਿਲਤੀ ਹੋਏ, ਇਹਨਾਂ ਦੀ ਮੈਮਰੀ ਜਿਹੜੀ ਉਹ ਖਤਮ ਹੋ ਚੁੱਕੀ ਹੈ ਅਕੋਰਡਿੰਗ ਟੂ ਐਕਟ ਓ ਐਕਟ ਜਿਹੜਾ ਡਾਕਟਰ ਪਰਮਿੰਦਰ ਪਾਲ ਸਿੰਘ ਦੱਸਣਗੇ। ਮੈਂ ਇਹਨਾਂ ਵਰਗਾ ਆਲਮ ਫਾਜ਼ਲ ਨਹੀਂ ਹਾਂ ਅਤੇ ਪਰ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਹੈ ਬਈ ਬਤੌਰ ਸਿੱਖ ਕੌਮ ਦੇ ਧਾਰਮਿਕ ਹੈਡ ਹੋਣ ਦੇ ਨਾਤੇ ਯੂ ਸ਼ੁੱਡ ਨਾਟ ਵੇਟ, ਕਾਲ ਦੈਮ ਅਪੋਨ ਇਮੀਡੀਏਟਲੀ, ਇਸ ਜੁੰਡਲੀ ਨੂੰ ਬੁਲਾਓ, ਸਾਰੀ ਐਗਜੈਕਟਿਵ ਕਮੇਟੀ ਨੂੰ ਅਤੇ ਇਹਨਾਂ ਅਹੁਦੇਦਾਰਾਂ ਨੂੰ ਬੁਲਾਓ, ਕੜੀ ਤੋਂ ਕੜੀ ਸਜ਼ਾ ਦਿਓ, ਬਾ ਹੁਕਮ ਅਕਾਲ ਤਖ਼ਤ ਹੈ, ਇਹ ਬਾ ਹੁਕਮ ਦੇ ਸ਼ੁੱਡ ਬੀ ਬਾਰਡ ਫਰੋਮ ਕੰਟੈਸਟਿੰਗ ਐਨੀ ਗੁਰਦੁਆਰਾ ਇਲੈਕਸ਼ਨ ਐਨੀ ਵੇਅਰ ਇਨ ਇੰਡੀਆ ਇਨ ਡੇਲੀ ਔਰ ਅਬਰਾਡ। ਇਹ ਕਿਸੇ ਵੀ ਗੁਰਦੁਆਰੇ ਦੇ ਵਿੱਚ ਸੰਗਤ ਦੇ ਤੌਰ 'ਤੇ ਜਾ ਸਕਦੇ ਨੇ, ਉਹਦੀ ਮਨਾਈ ਨਹੀਂ ਹੈਗੀ, ਪਰ ਬਰਬਾਦ ਬਤੌਰ ਪ੍ਰਬੰਧਕ ਹੈ ਇਹ ਨਹੀਂ ਜਾ ਸਕਦਾ। ਮੈਂ ਅੱਜ ਦੱਸ ਨਹੀਂ ਸਕਦਾ ਕਿਉਂਕਿ ਬਾਹਰ ਨਹੀਂ ਆ ਰਹੇ, ਪਰ ਅੰਦਰੋਂ ਮੇਰੀਆਂ ਅੱਖਾਂ 'ਚੋਂ ਅੱਥਰੂ ਜਿਹੜੇ ਉਹ ਮੇਰੇ ਦਿਲ ਦੇ ਵਿੱਚ ਜਾ ਰਹੇ। ਮੈਂ ਭਰੇ ਮਨ ਦੇ ਨਾਲ ਸਤਿਗੁਰ ਅੱਗੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਹੁਣ ਇਹਨਾਂ ਦੁਸ਼ਟਾਂ ਨੂੰ ਇਹਨਾਂ ਨੂੰ ਸਬਕ ਦਿਓ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਆਪਣੇ ਵਕਤ ਮਸੰਦਾਂ ਨੂੰ ਕੜਾਹ 'ਚ ਪਾਇਆ ਸੀ ਨਾ, ਇਹ ਉਹਨਾਂ ਨਾਲੋਂ ਵੱਡੇ ਮਸੰਦ ਨੇ।
ਨਰੈਣੋ ਵਰਗੀਆਂ ਕਰਤੂਤਾਂ ਇਹਨਾਂ ਨੇ ਇੱਥੇ ਕੀਤੀਆਂ ਹੋਈਆਂ ਹਨ, ਇਹ ਨਰੈਣੋ ਤੋਂ ਘੱਟ ਨਹੀਂ। ਮੈਂ ਇੱਕ ਗਿਆਨੀ ਜੀ ਦੀ ਰਾਈਟਰ ਪਾਇਆ, ਕਹਿੰਦਾ ਨਰੈਣੋ ਦੁਸ਼ਟ ਬੜਾ ਸੀ ਪਰ ਨਰੈਣੋ ਚਲਾਕ ਨਹੀਂ ਸੀ। ਜੇ ਨਰੈਣੋ ਚਲਾਕ ਹੁੰਦਾ ਤਾਂ ਇਹਨਾਂ ਜਿੱਕਣ ਕੋਈ ਨਾ ਕੋਈ ਈਵੈਂਟ ਰੱਖ ਦਿੰਦਾ, ਜਿਵੇਂ ਅੱਜ ਕੱਲ੍ਹ ਈਵੈਂਟ ਰੱਖ ਰਹੇ ਨੇ, ਲਾਲ ਕਿਲੇ ਰੱਖ ਦਿਓ ਜੀ, ਪ੍ਰਧਾਨ ਮੰਤਰੀ ਨੂੰ ਬੁਲਾ ਲਓ, ਹੋਮ ਮਿਨਿਸਟਰ ਨੂੰ ਬੁਲਾ ਲਓ, ਈਵੈਂਟ ਮੈਨੇਜਮੈਂਟ ਕਰ ਲਓ। ਜੇ ਇਹ ਜਿਹਾ ਮੈਨੇਜਮੈਂਟ ਨਰੈਣੋ ਕਰਦਾ ਸ਼ਾਇਦ ਉਹ ਵੀ ਬਚ ਜਾਂਦਾ, ਪਰ ਉਹ ਦੁਸ਼ਟ ਇਹਨਾਂ 'ਤੇ ਜਿੱਕਣ ਸੀ ਪਰ ਚਲਾਕ ਇਹਨਾਂ ਤੋਂ ਘੱਟ ਸੀ। ਇਹ ਨਰੈਣੋ ਦੀ ਕਲਾਸ ਹੈ। ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਮਨਜੀਤ ਸਿੰਘ ਵਰਨ, ਉਹ ਆਪਣੇ ਵਿਚਾਰ ਤੁਹਾਡੇ ਸਾਹਮਣੇ। ਮੈਂ ਸਮਝਦਾ ਕਿ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਬੜੇ ਸੀਰੀਅਸ ਇਸ਼ੂ 'ਤੇ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠਾਂ ਜਿਹੜੇ ਸਕੂਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਔਰ ਉਹਦੇ ਵਿੱਚ ਪ੍ਰਧਾਨ ਔਰ ਸਕੱਤਰ ਦੋਵਾਂ ਨੂੰ ਕਨਵਿਕਟ ਕੀਤਾ। ਮੈਂ ਠੀਕ ਬੋਲ ਰਿਹਾ ਜੀ? ਬੋਲ, ਇਹਨਾਂ ਨੂੰ ਕਨਵਿਕਟ ਕੀਤਾ ਔਰ ਜਿਸ 'ਤੇ ਕਨਵਿਕਟ ਕੀਤਾ ਉਹ ਕੇਸ 16/11/2021, ਇਹ ਡੇਟ ਨੂੰ ਨੋਟ ਕੀਤਾ ਜਾਵੇ, ਜਿਹੜੀ ਇਹਨਾਂ ਦੀ ਕਨਵਿਕਸ਼ਨ ਹੈ 16/11/2021 ਦੇ ਕੇਸ ਦੇ ਵਿੱਚ ਇਹਨਾਂ ਦੀ ਕਨਵਿਕਸ਼ਨ ਹੋ ਰਹੀ ਹੈ। ਔਰ ਮੈਂ ਹੈਰਾਨ ਹੋ ਗਿਆ ਕੱਲ੍ਹ ਜਦੋਂ ਸਾਰ ਕਾਹਲੋਂ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਪਿੱਛੇ ਤੁਰ ਪਏ, ਮਨਜੀਤ ਸਿੰਘ ਵੱਲ ਤੁਰ ਪਏ, ਸਰਨਾ ਸਾਹਿਬ ਵੱਲ ਤੁਰ ਪਏ। ਉਹ ਭਾਈਆ ਬਸਤਾ ਤੁਹਾਡਾ ਭਰਿਆ ਪਿਆ ਕੀੜਿਆਂ ਦੇ ਨਾਲ, ਖਾਮੀਆਂ ਦੇ ਨਾਲ, ਕਰਪਸ਼ਨਾਂ ਦੇ ਨਾਲ, ਅਤੇ ਤੁਸੀਂ ਤੁਰ ਕਿਹੜੇ ਪਾਸੇ ਪਏ ਹੋ? ਇਹਨਾਂ ਨੇ ਉੱਥੇ ਸਵਾਏ ਮੇਰੇ ਅਤੇ ਇਹਨਾਂ ਦਾ ਨਾਂ ਲੈਣ ਤੋਂ ਬਗੈਰ ਕੋਈ ਕੰਮ ਨਹੀਂ ਕੀਤਾ। ਇਹਨਾਂ ਨੇ 4 ਜਾਂ 5 ਨਾਂ ਗੜਾਏ, ਮਨਜੀਤ ਸਿੰਘ ਵਰਸਿਸ ਫਲਾਨਾ, ਮਨਜੀਤ ਸਿੰਘ ਵਰਸਿਸ ਫਲਾਨਾ। ਭਾਈ ਉਹ 16/17 ਦੇ ਕੇਸ ਨੇ, ਤੁਹਾਡੇ 'ਤੇ ਜਿਹੜਾ ਆਰਡਰ ਹੋ ਰਿਹਾ ਉਹ 11/21 ਦਾ ਆਰਡਰ ਹੋ ਰਿਹਾ, ਉਹਦੇ 'ਚੋਂ ਕੇਸ ਹੈ ਹੀ ਨਹੀਂ। ਇਹ ਲਓ ਮੇਰੇ ਕੋਲ ਲਿਸਟ ਪਈ, ਜੇ ਇਹਦੇ ਨਾ ਪੇਜ ਗਿਣਨੇ ਸ਼ੁਰੂ ਕਰ ਦਿਓ। ਇਹ ਦੇਖੋ ਇਹਨਾਂ ਦੇ ਉੱਤੇ 120 ਕੰਟੈਂਪਟਾਂ ਨੇ, 120 ਕੰਟੈਂਪਟਾਂ। ਇਹ ਪੇਜ ਫਰੋਲਦੇ ਚਲੇ ਜਾਓ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਇਹ ਕਾਹਲੋਂ, 120 ਕੰਟੈਂਪਟਾਂ ਨੇ ਇਹਨਾਂ ਦੇ ਉੱਤੇ। ਇਹ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਪਏ, ਇਹ ਜ਼ਿਕਰ ਕਰ ਰਹੇ ਨੇ ਆਪਣੀ ਜਾਨ ਛੁੜਾ ਕੇ ਦੂਜਿਆਂ ਦੇ ਉੱਤੇ ਗੱਲ ਪਾਉਣ ਵਾਸਤੇ। ਔਰ ਅੱਜ ਗੱਲਾਂ ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਤੱਥਾਂ 'ਤੇ ਗੱਲ ਕਰਾਂਗਾ ਜਿਹਨਾਂ ਦੇ ਜੋ ਇਹ ਕਰਦੇ ਪਏ ਨੇ। ਇਹ ਆਪਣੇ ਪੋਲੀਟੀਕਲ ਡੈਡੀ ਦਾ ਨਾਂ ਨਹੀਂ ਲੈ ਰਹੇ। ਪੋਲੀਟੀਕਲ ਡੈਡੀ ਕੌਣ ਹੈ ਤੁਹਾਡਾ? ਇਹ ਜਿਹਦਾ ਨਾਂ ਹੁਣੇ ਲੈ ਰਹੇ ਸੰਸਾਰ ਸਰਨਾ ਸਾਹਿਬ, ਮਨਜਿੰਦਰ ਸਿੰਘ ਸਿਰਸਾ, ਅਤੇ ਕਾਹਲੋਂ ਸਾਹਿਬ ਤੁਹਾਡਾ ਪੋਲੀਟੀਕਲ ਚਾਚਾ ਹਰਮੀਤ ਸਿੰਘ ਕਾਲਕਾ, ਉਹਦਾ ਵੀ ਨਾਂ ਲੈ ਦਿਓ। ਉਹ ਭਾਈ 120 ਕੰਟੈਂਪਟ ਨੇ ਤੁਹਾਡੇ ਉੱਤੇ ਔਰ 2021 ਦਾ ਮੈਟਰ ਹੈ। ਤੁਸੀਂ 2021 ਦੇ ਮੈਟਰ ਦੇ ਉੱਤੇ ਤੁਹਾਨੂੰ ਸਜ਼ਾ ਹੋ ਰਹੀ ਹੈ। ਔਰ ਕੀ ਆਖਦੇ ਨੇ? ਇਹ ਆਖਦੇ ਨੇ ਜੀ ਕਿ ਮੈਂ 153 ਕਰੋੜ ਰੁਪਇਆ ਤਨਖਾਹ ਦਿੱਤੀ ਹੈ। ਭਾਈ ਸਾਹਿਬ, ਤੁਸੀਂ 153 ਕਰੋੜ ਦਿੱਤੀ ਹੈ ਤਾਂ ਜੇ ਮੈਂ ਤਨਖਾਹ ਗਣਵਾ ਦੇਵਾਂ, ਮੈਂ ਸਿਰਫ ਤਨਖਾਹ ਗਣਵਾਉਂਦਾ ਵਾਂ 2014 ਤੋਂ, ਜਿਸ ਦਿਨ ਮੈਂ 6 ਪੇ ਕਮਿਸ਼ਨ ਲਾਗੂ ਕੀਤਾ। ਜੇ ਮੈਂ ਉੱਥੋਂ ਦੀ ਤਨਖਾਹ ਗਣਵਾ ਦੇਵਾਂ ਤਾਂ ਮੈਂ ਤੁਹਾਨੂੰ
5,500 crore ਰੁਪਇਆ ਤਨਖਾਹ ਦਿੱਤੀ ਹੈ, ਤੁਸੀਂ ਆਹਸਾਨ ਕੀਤਾ? ਮਨਜੀਤ ਸਿੰਘ ਨੇ ਆਹਸਾਨ ਕੀਤਾ? ਤਨਖਾਹ ਬਣਦੀ ਸੀ, ਦੇਣੀ ਸੀ ਕਿ ਤੂੰ 153 ਦੇਤੀ ਆ, 175 ਦੇਤੀ ਆ, 200 crore ਰੁਪਇਆ ਦੇਤੀ, ਦੇਣੀ ਸੀ। ਔਰ ਮੈਂ ਜਿਹੜੀ ਤਨਖਾਹ ਦਿੱਤੀ ਹੈ, ਜਿਸ ਦਿਨ ਸਿਕਸ ਪੇ ਕਮਿਸ਼ਨ ਲਾਗੂ ਕੀਤਾ ਉਸ ਵੇਲੇ ਦਿੱਲੀ ਸਕੂਲਾਂ ਦੀ ਤਨਖਾਹ 7.5 crore, ਇਹ ਫਿਗਰਸ ਨੋਟ ਕਰਦੇ ਚਲੋ, 7.5 crore ਰੁਪਇਆ ਬਣਦੀ ਸੀ ਮਹੀਨੇ ਦੀ। ਮੈਂ ਲਾਗੂ ਕੀਤਾ ਤਾਂ 9 crore ਰੁਪਇਆ ਹੋ ਗਈ, 1.5 crore ਰੁਪਇਆ ਹਰ ਮਹੀਨੇ ਸੈਲਰੀ ਬਿੱਲ ਵੱਧ ਗਿਆ। ਹੁਣ 9 crore ਤਾਂ ਇਹ ਦਿੱਤਾ, ਪਲੱਸ ਇਹਨਾਂ ਨੇ ਆਖਿਆ ਕਿ ਮੈਂ ਇੱਕ ਐਫੀਡੇਵਿਟ ਦਿੱਤਾ ਸੀਗਾ, ਉਹ ਭਾਈ ਆਪਣੇ ਪੋਲੀਟੀਕਲ ਡੈਡੀ ਦਾ ਵੀ ਨਾਂ ਲੈ ਦੇ ਨਾਲ, ਸਰਸਾ ਜਨਰਲ ਸੈਕਟਰੀ ਸੀ। ਮੈਂ ਜਿਹੜਾ ਐਫੀਡੇਵਿਟ ਦਿੱਤਾ ਸੀ ਕਿ ਮੈਂ ਕਿਸ਼ਤਾਂ ਬਣੀਆਂ ਸੀ, ਜਿਸ ਦਿਨ ਤੱਕ ਮੈਂ ਪ੍ਰਧਾਨ ਰਿਹਾ ਵਾਂ ਮੈਂ 50% ਏਰੀਅਰ ਵੀ ਦਿੱਤਾ। 1.5 crore ਰੁਪਇਆ ਤਾਂ ਹਰ ਮਹੀਨੇ ਦਾ ਸੈਲਰੀ ਬਿੱਲ ਵਧਿਆ, 50% ਏਰੀਅਰ ਦਿੱਤਾ। ਔਰ ਜਿਹੜੇ ਆਖਦੇ ਸੀਗੇ ਕਿ ਅਸੀਂ ਮਨਜੀਤ ਸਿੰਘ ਨੂੰ ਕੱਢ ਦਿੱਤਾ, ਇਹਦੇ 'ਚ ਹਾਈ ਕੋਰਟ ਦੇ ਵਿੱਚ, ਇਹ ਮੈਂ ਨਹੀਂ ਕੀਤਾ, ਮੇਰੇ ਕੋਲ ਕੋਈ ਰਿਕਾਰਡ ਨਹੀਂ, ਮੈਂ ਤਾਂ ਹੁਣ ਸੱਜੇ ਖੱਬੇ ਇਕੱਠੇ ਕਰਕੇ ਲੈ ਰਿਹਾ, ਇਹ ਹਾਈ ਕੋਰਟ 'ਚ ਇਹਨਾਂ ਨੇ ਇਹ ਜਮ੍ਹਾਂ ਕਰਾਇਆ ਰਿਕਾਰਡ, ਮੈਂ ਇਹਨਾਂ ਦਾ ਰਿਕਾਰਡ ਜੋ ਹਾਈ ਕੋਰਟ ਹੈ, ਇਹ ਮੇਰੇ 'ਤੇ ਨਾ ਕੇਸ ਪਾਉਣਾ ਅੱਜ ਤੁਸੀਂ ਜੇ ਮੈਂ ਕੋਈ ਗੱਲ ਗਲਤ ਕਹਿ ਰਿਹਾ ਵਾਂ। ਇਹ ਹਾਈ ਕੋਰਟ ਦਾ ਕੇ ਇੱਦਾਂ ਦੇ ਵਿੱਚ ਜਿਹੜਾ ਰਿਕਾਰਡ ਪਾਇਆ, ਇਹ ਹਮੇਸ਼ਾ ਤੁਹਾਨੂੰ ਕਹਿੰਦੇ ਨਾ ਅਸੀਂ ਮਨਜੀਤ ਸਿੰਘ ਨੂੰ ਕੱਢ ਦਿੱਤਾ ਕਰਪਸ਼ਨ 'ਚ, ਇੱਥੇ ਕੀ ਲਿਖ ਰਹੇ ਨੇ, ਮਨਜੀਤ ਸਿੰਘ ਜੀ ਕੇ ਰਿਜ਼ਾਈਨਡ ਔਨ 6/12/2018। ਮੈਂ 12ਵੇਂ ਮਹੀਨੇ 18 'ਚ ਰਿਜ਼ਾਈਨ ਕੀਤਾ ਕਿਉਂਕਿ ਮੇਰੇ 'ਤੇ ਇਲਜ਼ਾਮ ਲੱਗੇ, ਮੈਨੂੰ ਨਹੀਂ ਗੁਰੂ ਘਰ 'ਚ ਰਹਿਣਾ ਚਾਹੀਦਾ। ਉਹ ਸ਼ਰਮ ਕਰੋ ਯਾਰ, ਤੁਸੀਂ ਕਨਵਿਕਟ ਹੋ ਗਏ ਹੋ, ਹੁਣ ਤਾਂ ਅਸਤੀਫਾ ਦੇ ਦਿਓ, ਅਸਤੀਫਾ ਦੇ ਕੇ ਬਾਹਰ ਆਓ ਅਤੇ ਪਤਾ ਲੱਗੇ ਤੁਹਾਡੇ ਕੀ ਘਪਲੇ ਹੋਏ ਨੇ। ਇਹ ਕਹਿੰਦੇ ਆ ਨਾ ਕਿ ਸਾਡੇ ਸਕੂਲਾਂ ਦੇ ਉੱਤੇ ਆਡਿਟ ਹੋਇਆ, ਮੈਂ ਕਹਿੰਦਾ ਕਿਉਂ ਨਾ ਗੁਰਦੁਆਰਾ ਕਮੇਟੀ ਦੇ ਉੱਤੇ ਆਡਿਟ ਹੋਵੇ। ਹਾਲਾਂਕਿ ਜੇ ਮੈਂ ਇਹਨਾਂ ਦੇ ਨਾਲ ਸਰ ਕੁਲਵੰਤ ਸਿੰਘ ਬਾਠ ਸਾਡੇ ਇੱਕ ਮੈਂਬਰ ਰਹੇ ਨੇ, ਸੀਨੀਅਰ ਮੈਂਬਰ, ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਸੀ, ਉਹਨਾਂ ਦੀ ਇੱਕ ਬਾਈਟ ਸੁਣੀ ਹੈ ਤੁਸੀਂ ਕਿ 6 ਦਿਨ ਮਨਜਿੰਦਰ ਸਿੰਘ ਸਰਸੇ ਨੇ ਕਮਰਾ ਬੰਦ ਕਰਕੇ ਆਪਣੇ PA ਨੂੰ ਬਿਠਾ ਕੇ ਸਾਰੇ ਵਾਊਚਰ ਪਾੜੇ ਨੇ, ਸਾਰਾ ਆਪਣਾ ਸਬੂਤ ਖਤਮ ਕੀਤਾ ਅਤੇ ਮੇਰੇ ਖਿਲਾਫ਼ ਝੂਠੇ ਸਬੂਤ ਬਣਾ ਬਣਾ ਕੇ FIR ਦਰਜ ਕਰਾਈਆਂ ਨੇ। ਮੇਰੇ 'ਤੇ ਤਾਂ ਹਲੇ ਕਨਵਿਕਸ਼ਨ ਨਹੀਂ ਕੋਈ, ਲੇਕਿਨ ਮੈਂ ਅਸਤੀਫਾ ਦਿੱਤਾ। ਤੁਸੀਂ ਤਾਂ 6 ਦਿਨ ਲਾ ਕੇ ਆਪਣੇ ਸਬੂਤ ਖਤਮ ਕੀਤੇ ਨੇ, ਮੈਂ ਅੱਜ ਚੈਲੇਂਜ ਕਰਦਾ ਕਿ ਤੁਸੀਂ ਆਡਿਟ ਫੋਰੈਂਸਿਕ ਕੋਰਟ 'ਚ ਜਾ ਕੇ ਕਹੋ ਨਾ ਜੱਜ ਸਾਹਿਬ ਨੂੰ, ਜੱਜ ਸਾਹਿਬ ਖਾਲੀ ਸਕੂਲਾਂ ਦੀ ਕਿਉਂ ਕਰਾ ਦਿਓ, ਗੁਰਦੁਆਰਾ ਕਮੇਟੀ ਦੀ ਵੀ ਕਰਾ ਦਿਓ, ਅਸੀਂ ਪਤਾ ਲੱਗ ਜਾਈਏ, ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਰਾਤੀ ਬੋਲੇ ਕਾਹਲੋ ਸਾਹਿਬ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ, ਬਿਲਕੁਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਏਗਾ। ਹਾਲਾਂਕਿ ਤੁਸੀਂ ਕਾਗਜ਼ ਫਾੜ ਚੁੱਕੇ ਹੋ, ਫਿਰ ਵੀ ਤੁਸੀਂ ਮਰੋਗੇ, ਤੁਸੀਂ ਕਦੀ ਨਹੀਂ ਕਰਾਓਗੇ। ਅਗਲੀ ਗੱਲ, ਮੈਂ ਤੁਹਾਨੂੰ ਆਖਿਆ ਕਿ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਇਹ ਕਾਗਜ਼ ਦਿੱਤੇ ਨੇ, ਹੁਣ ਇੱਥੇ ਮੈਂ ਆਪਣਾ ਰੋਲ ਦੱਸ ਰਿਹਾ, ਮੈਂ ਨਹੀਂ ਕਹਿ ਰਿਹਾ, ਇਹਨਾਂ ਨੇ ਲਿਖ ਕੇ ਦਿੱਤਾ, ਇਹਨਾਂ ਨੇ ਲਿਖ ਕੇ ਦਿੱਤਾ ਜੀ ਕਿ ਮਨਜੀਤ ਸਿੰਘ ਪ੍ਰਧਾਨ ਰਿਹਾ 26/2/13 ਤੋਂ ਲੈ ਕੇ ਅਤੇ 2018 ਅਖੀਰ ਤੱਕ, ਮੇਰੇ ਤੋਂ ਬਾਅਦ 3 ਮਹੀਨੇ ਦੀ ਜਿਹੜੀ ਪ੍ਰਧਾਨਗੀ ਹੈ ਉਹ ਐਕਟਿੰਗ ਕਾਲਕੇ ਨੇ ਪ੍ਰਧਾਨਗੀ ਕੀਤੀ ਕਿਉਂਕਿ ਉਹ ਸੀਨੀਅਰ ਵਾਈਸ ਪ੍ਰੈਜੀਡੈਂਟ ਸੀ। ਕੀ ਲਿਖਦਾ, ਕਹਿੰਦਾ ਮਨਜੀਤ ਸਿੰਘ ਵੇਲੇ ਜਿਹੜਾ ਉਹਦਾ ਸਿਕਸ ਪੇ ਕਮਿਸ਼ਨ ਦਾ ਸ਼ੇਅਰ ਬਣਦਾ ਸੀ, ਧਿਆਨ ਨਾਲ ਸੁਣਿਓ, ਉਹ ਕਹਿੰਦਾ 21,01,67,000 ਰੁਪਇਆ ਬਣਦਾ ਸੀ, ਏਰੀਅਰ 21,01,67,000 ਬਣਦਾ ਸੀ ਮਨਜੀਤ ਸਿੰਘ ਦੇ ਉੱਤੇ। ਲੇਕਿਨ ਮਨਜੀਤ ਸਿੰਘ ਨੇ ਪੇ ਕਿੰਨਾ ਕੀਤਾ, ਹੁਣ ਧਿਆਨ ਦੀ ਗੱਲ ਹੈ,
ਇਹ ਕੱਲ੍ਹ ਕਹਿ ਰਿਹਾ ਨਾ ਬਾਰ ਬਾਰ ਮਨਜੀਤ ਸਿੰਘ ਮਾਰ ਗਿਆ, ਮਨਜੀਤ ਸਿੰਘ ਖਾ ਗਿਆ, ਮਨਜੀਤ ਸਿੰਘ ਨੇ ਮਰਵਾਤਾ, ਇਹ ਸਰਨੇ ਭਰਾਵਾਂ ਨੇ ਮਰਵਾਤਾ। ਇਹ ਲਿਖਦਾ ਪਿਆ ਕਿ 21 ਕਰੋੜ ਰੁਪਇਆ ਦੇਣਾ ਸੀ, ਮਨਜੀਤ ਸਿੰਘ ਨੇ ਦਿੱਤਾ 75 ਕਰੋੜ ਰੁਪਇਆ, 75 ਕਰੋੜ 68 ਲੱਖ ਰੁਪਇਆ। ਮੈਂ ਨਹੀਂ ਕਹਿ ਰਿਹਾ, ਹਾਈ ਕੋਰਟ 'ਚ ਇਹਨਾਂ ਦੀ ਸਟੇਟਮੈਂਟ ਕਹਿ ਰਹੀ ਹੈ। ਔਰ ਕੀ ਲਿਖਦਾ ਕਿ ਸਰਪਲਸ ਕਿੰਨਾ ਦਿੱਤਾ ਮਨਜੀਤ ਸਿੰਘ ਨੇ, 54 ਕਰੋੜ 61 ਲੱਖ ਰੁਪਇਆ। ਇਹ ਨੋਟ ਕਰੀ ਚੱਲੋ ਅਮਾਊਂਟ ਜੋ ਮੈਂ ਬੋਲੀ ਜਾ ਰਿਹਾ। ਮੈਂ 21 ਕਰੋੜ ਮੇਰਾ ਦੇਣਾ ਬਣਦਾ ਸੀ, 75 ਕਰੋੜ 63 ਲੱਖ ਮੈਂ ਦਿੱਤਾ ਅਤੇ 54 ਕਰੋੜ 61 ਲੱਖ ਰੁਪਇਆ ਮੈਂ ਐਕਸੈਸ ਦਿੱਤਾ। ਇਹ ਲਿਖ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਮੇਰੇ ਕੋਲ ਕੋਈ ਰਿਕਾਰਡ ਨਹੀਂ ਹੈਗਾ। ਮੈਂ ਇਹਨਾਂ ਦਾ ਰਿਕਾਰਡ ਕੱਢਿਆ ਕੇਸ ਦੇ ਵਿੱਚ ਉਹਦੀ, ਔਰ ਲਿਖਿਆ ਕਿ ਕੋਈ ਗ੍ਰੀਵੈਂਸ ਪੈਂਡਿੰਗ ਨਹੀਂ ਸੀਗਾ। ਮੈਂ ਜਿਸ ਦਿਨ ਤੋਂ ਅਸਤੀਫਾ ਦਿੱਤਾ, ਜਿਹੜੀ ਅਸੀਂ ਕਿਸ਼ਤਾਂ ਬਣੀਆਂ ਸੀ ਸਿਕਸ ਪੇ ਕਮਿਸ਼ਨ ਦੀਆਂ, ਇਹਨਾਂ ਨੇ ਉਹ ਦੇਣੀਆਂ ਬੰਦ ਕਰ ਦਿੱਤੀਆਂ। ਉਹਦੇ ਬਾਅਦ ਅਗਲਾ ਪੁਆਇੰਟ ਲਿਖਦੇ ਨੇ, ਮਨਜਿੰਦਰ ਸਿੰਘ ਸਰਸਾ ਜਦੋਂ ਪ੍ਰਧਾਨ ਸੀ ਅਤੇ ਜਦੋਂ ਹਰਮੀਤ ਕਾਲਕਾ ਜਨਰਲ ਸੈਕਟਰੀ ਸੀ, ਉਹਦੀ ਡਿਟੇਲ ਆਪ ਲਿਖ ਰਹੇ ਨੇ। ਉਹ ਕਹਿੰਦੇ ਨੇ ਕਿ ਦੇਣਾ ਜਿਹੜਾ ਬਣਦਾ ਸੀਗਾ ਮਨਜਿੰਦਰ ਸਿੰਘ ਸਿਰਸੇ ਦਾ ਅਤੇ ਕਾਲਕੇ ਦਾ, ਉਹ 68 ਕਰੋੜ ਰੁਪਇਆ, 68 ਕਰੋੜ 84 ਲੈਕਸ ਇਹਨਾਂ ਦਾ ਦੇਣਾ ਬਣਦਾ ਸੀ। ਇਹ ਮੇਰੇ ਤੋਂ ਬਾਅਦ ਜਦੋਂ ਇਹ ਪ੍ਰਧਾਨ ਰਹੇ ਨੇ 2019 ਤੋਂ 2022 ਤੱਕ, ਉਹਦੇ 'ਚ ਇਹਨਾਂ ਨੇ ਦਿੱਤਾ 48 ਕਰੋੜ ਰੁਪਇਆ, 20 ਕਰੋੜ ਰੁਪਏ ਦਾ ਡੈਫੀਸਿਟ ਉੱਥੇ ਆ ਗਿਆ। ਇਹ ਮੈਂ ਨਹੀਂ ਕਹਿ ਰਿਹਾ, ਮੇਰੇ 'ਤੇ ਪਾਓ ਕੇਸ, ਮੈਂ ਫੈਕਟਸ ਬੋਲ ਰਿਹਾ ਵਾਂ। ਇਹ ਤੁਹਾਡੇ ਹੱਥ ਦੇ ਦਿੱਤੇ, ਕਿਉਂਕਿ ਤੁਸੀਂ ਮਨਜੀਤ ਸਿੰਘ ਨੂੰ ਚੋਰ ਤਾਂ ਕਹਿੰਦੇ ਰਹਿ ਗਏ, ਲੇਕਿਨ ਜਦੋਂ ਕੋਰਟ 'ਚ ਲਿਖ ਕੇ ਦੇਣਾ ਪਿਆ ਤਾਂ ਉਹੀ ਦਿਓਗੇ ਨਾ ਜੋ ਤੁਹਾਡੇ ਅਕਾਊਂਟਸ ਬੋਲਦੇ ਪਏ ਨੇ। ਮੈਂ ਹੁਣ ਪੁੱਛਣਾ ਚਾਹੁੰਦਾ ਕਿ ਇਹ ਜਿਹੜੇ ਕੇਸ ਨੇ ਇਹ ਤੁਹਾਡੇ 'ਤੇ ਪਏ ਨੇ, ਇਹ ਕੇਸਾਂ ਦਾ ਜਵਾਬ ਕੌਣ ਦੇਗਾ? ਦੂਜੀ ਗੱਲ, ਮੈਂ ਅੱਜ ਤੱਕ ਇਹੋ ਜਿਹੀ ਲੀਗਲ ਕਮੇਟੀ ਨਹੀਂ ਦੇਖੀ, ਇਹੋ ਜਿਹੀ ਲੀਗਲ ਕਮੇਟੀ ਜਿਹਦਾ ਹੈੱਡ ਇਹ ਸੀਗਾ ਕਾਹਲੋਂ। 19 'ਚ ਜਦੋਂ ਮੈਂ ਰਿਜ਼ਾਈਨ ਕਰਦਾ 2018 ਦਸੰਬਰ ਦੇ ਵਿੱਚ, ਉਸ ਤੋਂ ਪਹਿਲੇ ਅਸੀਂ ਨੀਟ ਦੇ ਵਿੱਚ ਕਕਾਰਾ ਦੇ ਕੇਸ ਜਿੱਤੇ ਨੇ ਹਾਈ ਕੋਰਟ 'ਚ। ਅਸੀਂ 1984 ਦੇ ਸੱਜਣ ਕੁਮਾਰ ਨੂੰ ਅੰਦਰ ਕਰਾਇਆ, ਟਾਈਟਲਰ ਨੂੰ ਅੰਦਰ ਕਰਾਉਣ ਦੇ ਬੂਹੇ 'ਤੇ ਲੈ ਕੇ ਆਏ ਹਾਂ, ਉਹਦਾ ਸਟਿੰਗ ਓਪਰੇਸ਼ਨ ਦਿੱਤਾ। ਅਸੀਂ ਸ਼ਿਲੋਂਗ ਜਿੱਥੇ ਜਾ ਕੇ ਹੁਣੇ ਇਹ ਕਾਹਲੋਂ, ਉੱਥੇ ਜਾ ਕੇ ਨਾ ਨੀਂਹ ਪੱਥਰ ਦਾ ਉਹ ਕੱਟ ਕੇ ਆਇਆ, ਸ਼ਿਲੋਂਗ 'ਚ ਨਵਾਂ ਗੁਰਦੁਆਰਾ ਬਣਿਆ, ਉਹ ਅੱਜ ਤੱਕ ਸਟੇ। ਮੇਰੇ ਵਕਤ ਜਿਹੜੀ ਮੇਰੀ ਉਸ ਵੇਲੇ ਟੀਮ ਸੀਗੀ ਲੀਗਲ ਸੈੱਲ ਦੀ, ਉਹ ਸਟੇ ਅੱਜ ਤੱਕ ਅਸੀਂ ਲਿਆ ਹੋਇਆ। ਅੱਜ ਤੱਕ ਉਹ ਉੱਥੋਂ ਦੀ ਸ਼ਿਲੋਂਗ 'ਚੋਂ ਉਹ ਜਿਹੜੀ ਕਲੋਨੀ ਉਹਨੂੰ ਉਜਾੜ ਨਹੀਂ ਸਕੇ, ਕਿਉਂਕਿ ਸਟੇ ਅਸੀਂ ਲੜ ਕੇ ਲਿਆ ਸੀਗਾ। ਉਸ ਤੋਂ ਬਾਅਦ ਪੰਜਾਬੀ ਲੈਂਗੁਏਜ ਜਿਹੜੀ ਕੇਜਰੀਵਾਲ ਨੇ ਕਈ ਵਾਰੀ ਸਕੂਲਾਂ 'ਚੋਂ ਕੱਢੀ, ਉਹ ਲੈਂਗੁਏਜ ਅਸੀਂ ਵਾਪਸ ਰਿਵਾਈਵ ਕਰਾਈ, ਉਹਨੂੰ ਕੱਢਣ ਨਹੀਂ ਦਿੱਤਾ। ਉਸ ਤੋਂ ਬਾਅਦ ਸਿੱਖ ਮਿਨੋਰਟੀ ਕੋਟਾ ਜਿਹੜੇ ਕਾਲਜਾਂ ਦਾ ਸੀਗਾ, ਸਕੂਲਾਂ ਦਾ ਸੀਗਾ, ਉਹ ਕੇਸ ਅਸੀਂ ਜਿੱਤੇ ਹਾਂ। ਸਿੱਖ ਮਿਨੋਰਟੀ ਕੋਟਾ 50% ਲੈ ਕੇ ਦਿੱਤਾ। ਜੀ ਟੀ ਬੀ ਆਈ ਟੀ ਜਿਹਦਾ ਐਡਮਿਸ਼ਨਾਂ ਕੈਂਸਲ ਹੋ ਗਈਆਂ, ਜਿਹਦੀਆਂ ਸੀਟਾਂ ਕੈਂਸਲ ਹੋ ਗਈਆਂ, ਜੀ ਟੀ ਬੀ ਆਈ ਟੀ ਅੱਜ ਅਗਰ ਹੈ, 750 ਬੱਚਾ ਅਗਰ ਉੱਥੇ ਹਰ ਸਾਲ ਇੰਜੀਨੀਅਰ ਬਣਦਾ, ਉਹ ਕਿਹਨੇ ਬਚਾਇਆ? ਉਹ ਅਸੀਂ ਬਚਾਇਆ, ਸਾਡੇ ਲੀਗਲ ਸੈੱਲ ਨੇ ਬਚਾਇਆ। ਹਾਈਜੈਕਿੰਗ ਦੇ ਕੇਸ 'ਚ ਸਤਨਾਮ ਸਿੰਘ ਪੌਂਟਾ ਸਾਹਿਬ, ਜਿਸ ਨੂੰ ਵਾਪਸ ਆਉਣ ਤੋਂ ਬਾਅਦ 17 ਸਾਲ ਦੀ ਕੈਦ ਭੁਗਤਣ ਤੋਂ ਬਾਅਦ ਪਾਕਿਸਤਾਨ ਤੋਂ ਇੱਥੇ ਦੁਬਾਰਾ ਅਰੈਸਟ ਕਰਦੇ ਨੇ, ਕੇਸ ਪਾਉਂਦੇ ਨੇ, ਉਹ ਕੇਸ ਕਿਹਨੇ ਲੜਿਆ ਔਰ ਉਹਨੂੰ ਕਿਹਨੇ ਬਰੀ ਕਰਾਇਆ? ਇਹ ਤੁਹਾਡੇ ਸਾਹਮਣੇ ਹੈ। ਤੁਹਾਡੇ ਜਿਹਾ ਨਲਾਇਕ ਲੀਗਲ ਸੈੱਲ ਦਾ ਚੀਫ ਤਾਂ ਹੋ ਹੀ ਨਹੀਂ ਸਕਦਾ। ਤੂੰ ਜਨਰਲ ਸੈਕਟਰੀ ਵੀ ਆਪ ਹੈ,
ਲੀਗਲ ਸੈੱਲ ਵੀ ਤੂੰ ਆਪ ਹੈ, ਔਰ ਜਿਹੜੇ ਮੈਨੂੰ ਇਹ ਕਹਿ ਰਿਹਾ ਕਿ ਬਈ ਮੈਂ ਗਲਤ ਕਹਿ ਰਿਹਾ, ਝੂਠ ਬੋਲ ਰਿਹਾ, ਤੁਸੀਂ ਹਮੇਸ਼ਾ ਕੋਰਟ ਦੇ ਬਿਆਨਾਂ ਨੂੰ ਗਲਤ ਪੜ੍ਹਿਆ। ਜਿਹੜਾ ਮੈਂ ਇਹਨਾਂ 'ਤੇ ਕੇਸ ਪਾਇਆ ਸੀ ਡੈਫੇਮੇਸ਼ਨ ਦਾ, ਉਹਦੇ ਬਿਆਨ ਇਹਨਾਂ ਨੇ ਗਲਤ ਪੜ੍ਹੇ ਨੇ, ਔਰ ਉਹ ਡੈਫੇਮੇਸ਼ਨ ਦੇ ਵਿੱਚ ਜ਼ਮਾਨਤ 'ਤੇ ਹੋ। ਸਾਰ ਕਾਲੋ ਸਾਹਿਬ ਤੁਸੀਂ ਵੀ ਜ਼ਮਾਨਤ 'ਤੇ ਹੋ, ਤੁਹਾਡਾ ਪੋਲੀਟੀਕਲ ਡੈਡੀ ਮਨਜਿੰਦਰ ਸਿੰਘ ਸਰਸਾ ਵੀ ਜ਼ਮਾਨਤ 'ਤੇ ਹੈ, ਅਤੇ ਤੁਹਾਡਾ ਪੋਲੀਟੀਕਲ ਚਾਚਾ ਹਰਵੀਰ ਸਿੰਘ ਕਾਲਕਾ ਵੀ ਜ਼ਮਾਨਤ 'ਤੇ ਹੈ। ਤੁਸੀਂ ਜ਼ਮਾਨਤੀ ਹੋ ਕਿਉਂਕਿ ਝੂਠ ਬੋਲਿਆ। ਅੱਜ ਫਿਰ ਤਿਆਰੀ ਕਰ ਲਓ, ਇਹ ਜਿਹੜਾ ਝੂਠ ਬੋਲਿਆ ਨਾ, ਜਿਹੜੀ ਜਜਮੈਂਟ ਦਾ ਝੂਠ ਬੋਲਿਆ, ਇਹਦੇ ਵਾਸਤੇ ਤਿਆਰੀ ਕਰੋ, ਇੱਕ ਜ਼ਮਾਨਤ ਹੋਰ ਤੁਹਾਨੂੰ ਲੈਣੀ ਪਏਗੀ। ਮੈਂ ਇਹ ਸਮਝਦਾ ਵਾਂ ਕਿ ਇਹ ਕੁਛ ਫੈਕਟ ਸੀਗੇ ਜਿਹੜੇ ਮੈਂ ਤੁਹਾਡੇ ਅੱਗੇ ਲੈਣ ਆਇਆ ਵਾਂ। ਕੁਛ ਮੈਂ ਸਰ ਪਰਮਿੰਦਰ ਸਿੰਘ ਹੋਰਾਂ ਨੂੰ ਕਹਾਂਗਾ ਕਿ ਉਹਦੀ ਡਿਟੇਲ ਦੇਣ, ਪਹਿਲੇ ਸਰਨਾ ਸਾਹਿਬ ਕੋਈ ਜ਼ਿਕਰ ਕਰਨਾ ਚਾਹੁੰਦੇ। ਦੇਖੋ ਜੀ, 1995 ਤੋਂ ਲੈ ਕੇ 2013 ਤੱਕ ਦਿੱਲੀ ਕਮੇਟੀ 'ਤੇ ਕਿਸੇ ਸਕੂਲਾਂ ਦਾ, ਕਾਲਜਾਂ ਦਾ ਕੋਈ ਮੁਕੱਦਮਾ ਨਹੀਂ, ਕਿਸੇ ਟੀਚਰ ਨੇ ਕੋਈ ਮੁਕੱਦਮਾ ਨਹੀਂ ਕੀਤਾ। ਕੱਲ੍ਹ ਇਹ TV 'ਤੇ ਬੋਲ ਰਿਹਾ ਸੀ ਅਤੇ ਸਰ ਨੇ ਅਤੇ ਮਨਜੀਤ ਕੀੜੇ ਪਾ ਗਏ। ਮੈਂ ਕਿਹਾ 123 ਕਰੋੜ ਰੁਪਇਆ, ਇਹ 105 ਵੀ ਹੋ ਸਕਦਾ, 130 ਵੀ ਹੋ ਸਕਦਾ, ਇਹ ਛੱਡ ਕੇ ਗਿਆ। 55 ਕਰੋੜ ਰੁਪਇਆ ਸਕੂਲਾਂ ਦਾ, ਕਾਲਜਾਂ ਦਾ, ਇੰਜੀਨੀਅਰਿੰਗ ਕਾਲਜ ਦਾ, ਇਹ ਛੱਡ ਕੇ ਗਿਆ। ਇਹ ਦੱਸਣ ਆਪਣੇ ਟੈਨਿਓਰ ਦੇ ਵਿੱਚ ਇਹਨਾਂ ਨੇ ਇੱਕ ਬਾਥਰੂਮ ਬਣਾਇਆ। ਅਸੀਂ ਮੁਕੱਦਮੇ ਕਿਹੜੇ ਲੜੇ ਨੇ, ਇਹ ਨਹੀਂ ਕਿ ਅਸੀਂ ਮੁਕੱਦਮੇ ਨਹੀਂ ਲੜੇ, ਅਸੀਂ ਲੜੇ ਹੈਗੇ ਜਿਹੜੇ ਸਿੱਖ ਬਲੈਕ ਲਿਸਟ ਹੋ ਗਏ ਸਨ, ਉਹਨਾਂ ਨੂੰ ਬਲੈਕ ਲਿਸਟ 'ਚੋਂ ਕਢਾਉਣ ਵਾਸਤੇ, ਜਿਨ੍ਹਾਂ ਸਿੱਖਾਂ ਨੂੰ ਵਿਆਨਾ ਦੇ ਵਿੱਚ ਤਸੀਹੇ ਦੇ ਕੇ ਕੁੱਟਿਆ ਗਿਆ ਸੀ, ਉਹਨਾਂ ਦੇ ਕੇਸ ਸਾਡੇ ਵਕੀਲ ਵਿਆਨਾ 'ਚ ਗਏ ਸਨ। ਇੱਕ ਦੱਸਣ, ਮੈਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸ਼ੁਰੂ ਕੀਤੀ, ਜਿਸਲੇ ਮੈਂ ਉਤਰਿਆ ਇਹਨਾਂ ਨੇ ਇੱਕ ਟੀਮ ਭੇਜੀ ਉੱਥੇ ਵੀ ਸਰਨੇ ਨੇ ਕਿੰਨੇ ਪੈਸੇ ਦਿੱਤੇ ਨੇ, ਕਿਰਾਇਆ ਦਿਓ, $5,000 ਗੁਰੂ ਨਾਨਕ ਹਾਈ ਸਕੂਲ ਨਨਕਾਣਾ ਸਾਹਿਬ ਨੂੰ ਦਿੱਤਾ ਸੀ, ਉਹਨਾਂ ਦੇ ਉੱਥੇ ਬੈਂਕ ਵਿੱਚ ਜਮ੍ਹਾਂ ਸੀ, ਅਕਾਊਂਟ ਵਿੱਚ ਜਮ੍ਹਾਂ ਸੀ ਇੱਕ ਪੈਸਾ। ਇਹ ਸਿਰਫ ਇਹਨਾਂ ਨੇ ਇਸ ਵਾਸਤੇ ਕਿਹਾ ਵੀ ਇੰਨੇ ਪੈਸੇ ਲੱਗਦੇ ਪਏ ਅਤੇ ਗੁਰਦੁਆਰਾ ਕਮੇਟੀ 'ਚੋਂ ਦਿੰਦਾ ਪਿਆ। ਇਹਨਾਂ ਕੋਲ ਪੁੱਛੋ ਕੋਈ ਐਜੂਕੇਸ਼ਨ ਇੰਸਟੀਟਿਊਸ਼ਨ ਬਣਾਇਆ ਇਹਨਾਂ ਨੇ? ਅੱਜ ਮੈਂ ਇੱਥੇ 5 ਬੰਦਿਆਂ ਨੂੰ ਕਹਿੰਦਾ ਜਾਓ ਸਾਰੇ ਸਕੂਲਾਂ 'ਚ ਦੇਖੋ, 25 ਕਰੋੜ ਤੋਂ ਲੈ ਕੇ 30 ਕਰੋੜ ਰੁਪਇਆ ਲੱਗੇਗਾ ਉਹਨਾਂ ਸਕੂਲਾਂ ਦੀ ਮੇਨਟੇਨੈਂਸ ਵਾਸਤੇ, ਸਫੇਦੀਆਂ ਕਰਾਉਣ ਵਾਸਤੇ, ਦਰਵਾਜ਼ੇ ਲਵਾਉਣ ਵਾਸਤੇ, ਬਾਥਰੂਮ ਠੀਕ ਕਰਾਉਣ ਵਾਸਤੇ। ਮੈਂ ਇੱਕ ਗੱਲ ਮੈਂ ਸਾਹਿਬ ਮਨਜੀਤ ਸਿੰਘ ਨੂੰ ਪੁੱਛਦਾ ਵੀ ਦੱਸ ਇਹ 500 ਕਰੋੜ ਰੁਪਇਆ ਦੇਣਗੇ ਕਿੱਥੋਂ? ਜਿਹੜਾ ਅਦਾਲਤ ਨੇ ਕਿਹਾ, ਹਾਈਕੋਰਟ ਨੇ, 500 ਕਰੋੜ ਰੁਪਏ ਦੀ ਦੇਣਦਾਰੀ ਹੈ, 311 ਕਰੋੜ ਅਸਲ, ਔਰ ਉਸ ਤੋਂ ਬਾਅਦ ਇੰਟਰਸਟ ਕਿੱਥੇ ਗਏ? ਮਨਜੀਤ ਸਿੰਘ ਨੇ ਦੱਸਿਆ ਕਿ ਮੇਰੀ 1.5 ਕਰੋੜ ਰੁਪਇਆ ਮਹੀਨਾ ਤਨਖਾਹ ਵੱਧ ਗਈ। ਮੈਂ ਤਾਂ ਸਕੂਲਾਂ 'ਚ 55 ਕਰੋੜ ਛੱਡ ਕੇ ਗਿਆ ਸਾਂ, ਜਿਹਦਾ ਮਤਲਬ ਹੈ 3.25 ਸਾਲ ਅਗਰ ਫੀਸਾਂ ਨਾ ਵਧਾਉਂਦੇ ਤਾਂ ਵੀ ਸਾਡੇ ਕੋਲ ਪੈਸੇ ਸਨ, ਤੁਹਾਡੇ ਕੋਲ ਕਿੱਥੇ ਗਏ? ਜੋ ਲੁੱਟ ਸੁੱਟ ਇਹਨਾਂ ਨੇ ਪਾਈ ਹੈ, ਇਹ ਲੁੱਟ ਸੁੱਟ ਮੇਰੇ ਹਿਸਾਬ ਸਿਰ ਪਿਛਲੇ 10 ਸਾਲਾਂ 8 ਸਾਲਾਂ 5
40-50 ਕਰੋੜ ਰੁਪਏ ਸਾਲਾਨਾ ਦੀ ਹਿਸਾਬ ਲਾ ਲਓ ਬੇਸ਼ੱਕ। ਅੱਜ ਕਹਿੰਦਾ ਜੀ ਅੱਛਾ ਜੀ ਕੀੜੇ ਸਰਨੇ ਪਾ ਗਿਆ, ਕਿਹੜੇ ਕੀੜੇ ਪਾ ਗਿਆ ਬਈ? ਤੁਸੀਂ ਕੋਈ ਚੀਜ਼ ਕੰਮ ਹੀ ਕੀਤਾ? ਮੈਂ ਤੇ 250 ਕਰੋੜ ਰੁਪਏ ਦੇ ਗਿਣਾ ਦੇਣਾ ਜਿਹੜੇ ਸਕੂਲ ਕਾਲਜ ਗੁਰਦੁਆਰੇ ਬਣਾਏ ਨੇ। 250 ਕਰੋੜ ਨਿਕਲਣ ਤਾਂ ਮੈਂ ਫੜ ਲੈਣਾ। ਫਿਰ ਮੈਂ ਕਹਿੰਦਾ ਤੁਸੀਂ ਪਿਓ ਦੇ ਪੁੱਤਰ ਹੋ, ਉਹਦੇ ਤੁਖਮ ਤੋਂ ਜੰਮੇ ਹੋ, ਲਿਆਓ ਮੇਰੇ ਤੇ ਮੁਕਦਮਾ ਕਰੋ, ਕਰੋ ਮੁਕਦਮਾ ਮੇਰੇ ਤੇ। ਪਤਾ ਲੱਗ ਗਿਆ ਤੁਹਾਨੂੰ ਕਿੰਨੇ ਵੀਆਂ ਸੌ ਹੁੰਦੇ ਨੇ। ਮੈਂ ਅੱਜ ਕਹਿਣਾ ਚਾਹੁੰਦਾ ਜਿਹੜੀ ਡਿਲਾਈਟ ਕੰਪਨੀ ਨੇ ਦੀ ਰਿਪੋਰਟ ਮਨਜੀਤ ਸਿੰਘ ਦੇ ਜਾਣ ਤੋਂ ਬਾਅਦ ਇਹਨਾਂ ਨੇ ਕਰਾਈ ਹੈ, ਉਹ ਤੁਸੀਂ ਪਬਲਿਕ ਵੀ ਨਹੀਂ ਕੀਤਾ ਪਿਆ, ਹੁਣ ਪਬਲਿਕ 'ਚ ਲਿਆਓ। ਅਸੀਂ ਜਥੇਦਾਰ ਸਾਹਿਬ ਨੂੰ ਕਹਿੰਦੇ ਹਾਂ ਫੌਰਨ ਆਰਡਰ ਕਰਨ, ਜਿਹੜੀ ਡਿਲਾਈਟ ਕੰਪਨੀ ਦੀ ਆਰਡਰ ਰਿਪੋਰਟ ਬਾਹਰ ਕੱਢੋ, ਪਤਾ ਲੱਗ ਜਾਵੇਗਾ ਗੁਰਦੁਆਰੇ 'ਚੋਂ ਕਿੰਨਾ ਮਾਲ ਖਾ ਗਏ ਨੇ। ਸਕੂਲਾਂ ਕਾਲਜਾਂ 'ਤੇ ਚੜ੍ਹ ਹੀ ਦਿਓ। ਕਿਹੜਾ ਸਕੂਲ ਹੈ ਜਿਹਦੇ 'ਚੋਂ 25-50 ਲੱਖ ਰੁਪਇਆ ਐਡਮਿਸ਼ਨ ਟੀਚਰਾਂ ਦੀ ਭਰਤੀ ਦਾ ਨਹੀਂ ਖਾਧਾ ਇਹਨਾਂ ਨੇ? ਕੋਈ ਛਾਤੀ 'ਤੇ ਹੱਥ ਮਾਰ ਕੇ ਕਹਿ ਸਕਦਾ ਹੈ? ਇਹਨਾਂ ਨੇ ਆਪਣੇ ਮੈਂਬਰਾਂ ਦੀਆਂ ਧੀਆਂ ਰਖਾਤੀਆਂ ਹਨ, ਫਿਰ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਹਨ, ਵੀ ਨਵਾਬ ਜ਼ਾਦੀਆਂ ਹੈਗੀਆਂ, ਇਹਨਾਂ ਨੂੰ ਗੱਡੀਆਂ ਵੀ ਲੈ ਕੇ ਦਿਓ, ਡਰਾਈਵਰ ਵੀ ਲੈ ਕੇ ਦਿਓ। ਕਿਹੜੀ ਕਿਹੜੀ ਇਹਨਾਂ ਦੀ ਗੱਲ ਕਰੀਏ? ਅੰਨੀ ਪੀਏ ਤੇ ਕੁੱਤੀ ਚੱਟੇ, ਆਟਾ ਘੱਟੇ ਕਹਿਣਾ ਘੱਟੇ, ਘੱਟਣਾ ਹੀ ਘੱਟਣਾ। ਸਕੂਲਾਂ 22,000 ਬੱਚਾ ਅਸੀਂ ਛੱਡ ਕੇ ਗਏ ਹਾਂ, ਅੱਜ 11,000 ਬੱਚਾ ਹੈ, ਸਕੂਲ ਕਿੱਥੋਂ ਬਣਾਵੇ ਜਾਣਗੇ? ਤੁਸੀਂ ਇਹ ਸੋਚਿਆ ਵੀ ਇਹ ਬੱਚੇ ਕਿਉਂ ਘੱਟੇ ਨੇ ਸਾਡੇ, ਇਹ ਬੱਚੇ ਕਿਉਂ ਘੱਟੇ ਨੇ? ਪ੍ਰਬੰਧ ਨਾਂ ਦੀ ਚੀਜ਼ ਨਹੀਂ, ਸਵਾਏ ਅਹੁਦੇ ਲੈਣ ਦੀ ਗੱਲ ਹੈ। ਇਹ ਦੱਸਣਾ ਹਾਂਜੀ ਮੈਂ ਹਿੰਦੁਸਤਾਨ ਦੇ ਹੋਮ ਮਿਨਿਸਟਰ ਦਾ ਪੈਂਚਮੈਨ, ਚਿੱਕ ਚੁੱਕੇ ਤੇ ਉਹਦੇ ਕਮਰੇ 'ਚ ਵੜ ਜਾਣਾ, ਭਾਵੇਂ ਉਹ ਸਟੇਜ 'ਤੇ ਧੱਕੇ ਮਾਰ ਕੇ ਬਾਹਰ ਕੱਢ ਦੇਵੇ। ਕਿਸੇ ਨੇ ਕਿਹਾ ਕਿਸੇ ਨੇ ਦੇਖਿਆ ਨਹੀਂ ਦੇਖਿਆ, ਮੈਂ ਕਿਹਾ ਮੈਂ ਦੇਖਿਆ, ਧੱਕੇ ਪੈਂਦਿਆਂ ਵੀ ਵੇਖਿਆ, ਇਸ ਰੁਪਾ ਜਾਂ ਲਜਾਰਾ ਝੂਮ ਪੈਂਦਿਆਂ ਵੀ ਦੇਖਿਆ। ਸਾਡੀ ਇੱਕੋ ਗੱਲ ਹੈਗੀ, ਇਹ ਅਸਤੀਫੇ ਦੇਵਣ ਫੌਰਨ, ਅਸਤੀਫੇ ਦੇਣ ਕੇ ਚੋਣ ਕਰਾਉਣ, ਨਹੀਂ ਕਰਾਉਣੀ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਸਾਰੀ ਚੋਣ ਰੱਦ ਕਰਕੇ ਨਵੇਂ ਸਿਰੇ ਤੋਂ ਇਲੈਕਸ਼ਨ ਕਰਾਉਣ, ਨਵੇਂ ਸਿਰੇ ਤੋਂ, ਇਹ ਸਾਡੀ ਮੰਗ ਹੈਗੀ, ਨਵੇਂ ਸਿਰੇ ਤੋਂ ਚੋਣ ਕਰਾਉਣ। ਇਹਨਾਂ ਨੂੰ ਪਤਾ ਲੱਗ ਜਾਏਗਾ ਇਹ ਕਿੰਨੇ ਦਿੱਲੀ ਦੀ ਸੰਗਤ ਦੇਣਾ ਚਾਹੁੰਦੀ ਹੈ। ਤਦ ਤੱਕ ਸਿੱਖ ਕੌਮ ਦੇ ਪ੍ਰਤਿਸ਼ਠ ਸ਼ਖਸੀਅਤਾਂ ਭਾਵੇਂ ਦਿੱਲੀ ਦੀਆਂ ਹਨ ਭਾਵੇਂ ਪੰਜਾਬ ਦੀਆਂ ਹਨ, 5 ਮੈਂਬਰੀ ਕਮੇਟੀ ਬਣਾ ਕੇ ਇਹ ਗੁਰਦੁਆਰਾ ਪ੍ਰਬੰਧ ਚਲਾਉਣ। ਪਰ ਇਹਨਾਂ ਦਾ ਹੁਣ ਗੁਰਦੁਆਰਾ ਨਿਜ਼ਾਮ ਸਾਂਭਣ ਦਾ, ਨਿਜ਼ਾਮ ਕਰਨ ਦਾ ਕੋਈ ਹੱਕ ਨਹੀਂ ਰਹਿ ਗਿਆ, ਭਾਵੇਂ ਬੇਸ਼ੱਕ ਐਗਜੈਕਟਿਵ ਦੀ ਕਰਾ ਲੈਣ, ਪਰ ਵੱਡੀ ਜਨਰਲ ਚੋਣ ਹੈ। ਜਿਵੇਂ ਰਵਿੰਦਰ ਸਿੰਘ ਨੇ ਦੱਸਿਆ ਗੁਰਦੁਆਰੇ ਦਾ ਮਾਲ ਮੈਂਬਰਾਂ ਨੂੰ ਵੰਡੀ ਜਾਓ, 24-24 ਕਾਰਾਂ ਦੇਈ ਜਾਓ, ਡਰਾਈਵਰ ਦੇਈ ਜਾਓ, ਕਿੱਥੇ 2-3 ਕਾਰਾਂ ਅਤੇ ਕਿੱਥੇ 24 ਕਾਰਾਂ। ਜ਼ਿਆਦਾ ਮੈਂ ਨਹੀਂ ਕਹਿਣਾ ਚਾਹੁੰਦਾ, ਅਤੇ ਤੁਸੀਂ ਉਹਦਾ ਨਾਂ ਕੀ ਹੈ ਇਹ ਸਾਡਾ ਸੁਣਿਆ ਦੇ ਦਿਓ। ਹੁਣ ਤੁਹਾਡਾ ਕੋਈ ਮਾਰਲ ਇਖਲਾਕ ਪ੍ਰਬੰਧ ਕਰਨ ਦਾ ਨਹੀਂ ਰਹਿ ਗਿਆ, ਅਸਤੀਫੇ ਦੇਵੋ, ਘਰ ਬੈਠੋ।